ਕਿਉਂਕਿ ਆਮ ਤੌਰ 'ਤੇ ਅਸੀਂ ਸਰਕਾਰ ਦਾ ਪੱਖ ਸਭ ਤੋਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅੱਜ ਬਜਟ ਪੇਸ਼ ਸਰਕਾਰ ਨੇ ਕਰ ਦਿੱਤਾ, ਇਸ ਕਰਕੇ ਵਿਰੋਧੀਆਂ ਤੋਂ ਸ਼ੁਰੂਆਤ ਕਰਾਂਗੇ, ਕਾਂਗਰਸ ਤੋਂ ਸ਼ੁਰੂਆਤ ਕਰਦੇ ਹਾਂ। ਸੰਧੂ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਬਜਟ ਨੂੰ ਲੈ ਕੇ ਸਵਾਲ ਤਾਂ ਤੁਸੀਂ ਬਹੁਤ ਸਾਰੇ ਖੜੇ ਕਰ ਦਿੱਤੇ, ਪਰ ਕੀ ਵਾਕਿਆ ਹੀ ਉਸ ਤਰੀਕੇ ਦਾ ਬਜਟ ਨਜ਼ਰ ਆਇਆ ਤੁਹਾਨੂੰ ਜੋ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 1000 ਰੁਪਇਆ ਨਜ਼ਰ ਨਹੀਂ ਆਇਆ, ਤੁਹਾਨੂੰ ਓਲਡ ਪੈਨਸ਼ਨ ਸਕੀਮ ਦਾ ਜ਼ਿਕਰ ਤੁਸੀਂ ਕਰ ਦਿੱਤਾ। ਬਜਟ ਨੂੰ ਲੈ ਕੇ ਤੁਹਾਡਾ ਫਸਟ ਰਿਐਕਸ਼ਨ ਚਾਹਾਂਗਾ ਕਿ ਕਿਉਂ ਤੁਹਾਨੂੰ ਬਜਟ ਦੇ ਉੱਤੇ ਸਵਾਲ ਨਜ਼ਰ ਆ ਰਹੇ ਨੇ। ਦੇਖੋ ਗੌਰਵ ਜੀ, ਜਦੋਂ ਨਾ ਇਹਨਾਂ ਦੀ ਸਰਕਾਰ ਆਈ ਸੀ ਨਾ, ਆਉਣ ਤੋਂ ਪਹਿਲਾਂ ਕੇਜਰੀਵਾਲ ਜੀ ਨੇ ਵੀ ਤੇ ਇਹਨਾਂ ਨੇ ਵੀ ਇਹ ਗੱਲ ਕਹੀ ਸੀ। ਪੱਤਰਕਾਰਾਂ ਨੇ ਪੁੱਛਿਆ ਸੀ ਵੀ ਬਾਕੀ ਸਰਕਾਰਾਂ ਵਾਂਗ ਕੀ ਤੁਸੀਂ ਵੀ ਕਰਜ਼ਾ ਲਓਗੇ, ਕਰਜ਼ੇ ਦੀ ਪੰਡ ਵੱਧ ਜਾਏਗੀ, ਪਰ ਇਹਨਾਂ ਨੇ ਕਿਹਾ ਸੀ ਵੀ ਨਹੀਂ, ਸਾਨੂੰ ਕਰਜ਼ੇ ਦੀ ਲੋੜ ਹੀ ਨਹੀਂ ਲੈਣ ਦੀ, ਅਸੀਂ ਇੰਨਾ ਕੁ ਮਾਲੀਆ ਪੈਦਾ ਕਰ ਲਾਂਗੇ ਬਈ ਸਾਨੂੰ ਪਲੱਸ ਹੋ ਜਾਵਾਂਗੇ। ਦੇਖੋ ਮੈਂ ਤੁਹਾਨੂੰ ਤਫਸੀਲ ਨਾਲ ਦੱਸਦਾ, ਇਹਨਾਂ ਨੇ ਗੱਲ ਕਹੀ ਸੀ ਵੀ 20,000 ਕਰੋੜ ਜਿਹੜਾ ਉਹ ਮਾਇਨੇ ਤੋਂ ਕਮਾ ਲਵਾਂਗੇ ਤੇ 34,000 ਕਰੋੜ ਅਸੀਂ ਜਿਹੜੀਆਂ ਚੋਰ ਮੋਰੀਆਂ ਨੇ ਉਹਨਾਂ ਤੋਂ ਬਚਾ ਲਵਾਂਗੇ। ਇਹਦਾ ਮਤਲਬ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਕਰਜ਼ੇ ਦੀ ਲੋੜ ਜਿਹੜੀ ਆ ਉਹ ਪੈਣੀ ਨੀਗੀ। ਹੁਣ ਦੇਖੋ ਜਦੋਂ ਉਹਨਾਂ ਦੀ ਸਰਕਾਰ ਬਣੀ ਹੈ ਨਾ, 2022 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਤਕਰੀਬਨ ਇਹ 60,000 ਕਰੋੜ ਦਾ ਕਰਜ਼ਾ ਲੈ ਚੁੱਕੇ ਨੇ। ਹਾਲੀ ਫਰਵਰੀ ਤੇ ਮਾਰਚ ਦੀ ਗੱਲ ਆਪਾਂ ਬਾਅਦ ਦੀ ਕਰਦੇ ਹਾਂ, ਠੀਕ ਹੈ। ਜੇ ਇਹਨਾਂ ਨੇ ਪਹਿਲਾਂ ਇੰਨੀਆਂ ਗੱਲਾਂ ਕਰ ਲਈਆਂ ਤੇ ਫਿਰ ਇਹ ਕਰਕੇ ਵਿਖਾਉਂਦੇ ਚੋਰ ਮੋਰੀਆਂ, ਮਾਈਨਿੰਗ ਤੋਂ ਪੈਸੇ ਬਚਾਉਂਦੇ। ਹਾਲੀ ਤੇ ਮੈਂ ਲਿਕਰ ਮਾਫੀਆ ਦੀ ਗੱਲ ਨਹੀਂ ਕੀਤੀ, ਉਹ ਚ ਵੀ ਇਹਨਾਂ ਨੇ ਕਿਹਾ ਸੀ ਅਸੀਂ ਇਹ ਚੋਰ ਮੋਰੀਆਂ ਬੰਦ ਕਰਕੇ ਤੇ ਪੈਸੇ ਕਮਾ ਲਵਾਂਗੇ, ਠੀਕ ਹੈ। ਬੇਸਿਕਲੀ ਸਾਡੇ ਸੀਐਮ ਸਾਹਿਬ ਨਾਲ ਗੱਲਾਂ ਬਹੁਤ ਜ਼ਿਆਦਾ ਕਰ ਜਾਂਦੇ ਨੇ, ਐਕਸਟਰਾ ਆਰਡੀਨਰੀ ਗੱਲਾਂ ਕਰ ਜੀ, ਕੱਲ ਵੀ ਤੁਸੀਂ ਵੇਖਿਆ ਐਕਸਟਰਾ ਹੀ ਕਰ ਗਏ। ਹੁਣ ਗੱਲ ਜਿਹੜੀ ਆ ਮੁੱਦੇ ਦੀ, ਇਹਨਾਂ ਨੇ ਠੀਕ ਆ ਮੈਂ ਹਰ ਸਰਕਾਰ ਕਰਦੀ ਆ, ਸਿੱਖਿਆ ਦੀ ਗੱਲ ਕੀਤੀ, ਖੇਤੀਬਾੜੀ ਦੀ ਗੱਲ ਕੀਤੀ, ਕਾਨੂੰਨ ਤੇ ਨਿਆਂ ਦੀ ਗੱਲ ਕੀਤੀ, ਸਿਹਤ ਲਈ ਵੀ ਗੱਲ ਕੀਤੀ, ਹਰ ਸਰਕਾਰ ਰੱਖਦੀ ਆ, ਠੀਕ ਹੈ। ਪਰ ਇਹਨਾਂ ਨੇ ਜਿਹੜੀਆਂ ਮੇਨ ਗੱਲਾਂ ਕੀਤੀਆਂ ਅਸੀਂ ਉਹ ਕਿਉਂ ਲੁਕਾ ਗਏ? ਇਹਨਾਂ ਨੇ ਦੇਖੋ ਸਭ ਤੋਂ ਪਹਿਲੀ ਇਹਨਾਂ ਦੀ ਸ਼ਰਤ ਸੀ ਜਿਹਦੇ ਕਰਕੇ ਇਹਨਾਂ ਦੀ ਸਰਕਾਰ ਆਈ ਸੀ, ਸਾਡੀਆਂ ਭੋਲੀਆਂ ਭਾਲੀਆਂ ਭੈਣਾਂ ਬੀਬੀਆਂ ਇਹਨਾਂ ਦੇ ਝਾਂਸੇ 'ਚ ਆ ਗਈਆਂ ਸੀ ਵੀ 1,000 ਰੁਪਏ ਮਿਲੂਗਾ, ਆ ਦੇਣ। ਤੁਸੀਂ ਸਰ ਕਹਿੰਦੇ ਹੋ ਇਹ ਗੱਲ ਕਰਦੇ ਆ, ਬਿਲਕੁਲ ਇਹ ਗੱਲ ਕਰਨੀ ਬਹੁਤ ਜ਼ਰੂਰੀ ਆ। ਆ ਦੇਖੋ ਸਾਡੇ ਲਾਗੇ ਹਿਮਾਚਲ ਹੈ, ਕਾਂਗਰਸ ਸਰਕਾਰ ਹੈ, ਉੱਥੇ ਮਿਲ ਗਈ। ਦਿੱਲੀ ਦੇ ਵਿੱਚ ਵੀ ਇਹਨਾਂ ਨੇ ਲਾਗੂ ਕਰਤੇ, ਕਹਿ ਦੇ ਅਸੀਂ ਦੇਵਾਂਗੇ ਅਗਲੇ ਸਾਲ ਤੋਂ, ਦੇ ਦਿਆਂਗੇ ਅਗਲੇ ਮਹੀਨੇ ਤੋਂ, ਮੇਰਾ ਖਿਆਲ ਕਿਹਾ ਦੇ ਦਿਆਂਗੇ, ਤੁਸੀਂ ਕਿਉਂ ਨਹੀਂ ਦਿੰਦੇ? ਨੰਬਰ 1, ਠੀਕ ਹੈ। ਅੱਛਾ ਪੈਨਸ਼ਨ ਅਸੀਂ 1500 ਦੇ ਸੀ, ਕੀ ਕਹਿੰਦੇ ਜੀ ਅਸੀਂ 2500 ਰੁਪਏ ਪੈਨਸ਼ਨ ਕਰਾਂਗੇ। ਗੌਰਵ ਜੀ, ਇਹਨਾਂ ਨੇ 2500 ਰੁਪਏ ਕੀ ਪੈਨਸ਼ਨ ਕਰ ਦਿੱਤੀ? ਕਾਰਪੋਰੇਸ਼ਨ ਇਲੈਕਸ਼ਨ ਪਿਛਲੇ 1.5 ਸਾਲ ਤੋਂ ਇਹਨਾਂ ਕੋਲ ਹੋਈਆਂ ਹੀ ਨਹੀਂ, ਠੀਕ ਹੈ, ਫੰਡ ਨਹੀਂ ਗਏ, ਪੈਸਾ ਹੀ ਨਹੀਂ ਇਹਨਾਂ ਕੋਲ ਕਾਰਪੋਰੇਸ਼ਨ ਇਲੈਕਸ਼ਨ ਕਰਾਉਣ ਵਾਸਤੇ, ਇਲੈਕਸ਼ਨ 1.5 ਸਾਲ ਹੋ ਗਿਆ ਕਰਾਈਆਂ ਨਹੀਂ। 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਹੋਈ ਸੀ, ਠੀਕ ਹੈ, ਦੱਸੋ ਇੱਕ ਵੀ ਜੇ ਤੁਸੀਂ ਬਣਾਇਆ ਹੋਵੇ। ਬਹੁਤ ਸਾਰੇ ਪੁਆਇੰਟਸ ਹੋਣਗੇ ਸੰਧੂ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ ਕਰ ਜਾਂਦੇ ਲਾਸਟ ਮੇਰੇ ਦੋ ਗੌਰਵ ਜੀ, ਮੇਰੇ 2 ਪੁਆਇੰਟ ਨੇ ਲਾਸਟ ਜੀ, ਮੇਰੇ 2 ਪੁਆਇੰਟ ਬਸ ਹੋਰ ਨੇ। ਸਭ ਤੋਂ ਜ਼ਰੂਰੀ ਗੱਲ ਓਪੀਐਸ ਦੀ ਗੱਲ ਤੁਸੀਂ ਸਾਰਾ ਕਰਦੇ ਹੋ, ਓਲਡ ਪੈਨਸ਼ਨ ਸਕੀਮ ਦੀ ਜੀ, ਇਹ ਕਰ ਗਏ? ਇਹ ਕਿੰਨਾ ਇਹਨਾਂ ਨੇ ਰੌਲਾ ਪਾਇਆ ਸੀ, ਕਿਹਾ ਸੀ, ਇਹਨਾਂ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗੌਰਵ ਜੀ, ਕਰ ਨਹੀਂ ਪਾਏ। ਦੇਖੋ ਹਿਮਾਚਲ ਦੇ ਵਿੱਚ ਵੀ, ਕਰਨਾਟਕਾ ਤੇ ਛੱਤੀਸਗੜ੍ਹ ਚ ਕਾਂਗਰਸ ਨੇ ਸ਼ੁਰੂ ਕਰਤੀ, ਇਹ ਨਹੀਂ ਕਰ ਸਕੇ। ਤੇ ਲਾਸਟ ਇਹ ਕਹਿੰਦੇ ਜੀ ਅਸੀਂ ਇਨਫਰਾਸਟ੍ਰਕਚਰ ਤੇ ਬਹੁਤ ਜ਼ੋਰ ਦੇ ਰਹੇ ਹਾਂ, ਮੈਨੂੰ ਮਾੜਾ ਜਿਹਾ ਇਹਨਾਂ ਦਾ ਸਪੋਕਸਪਰਸਨ ਦੱਸ ਕੇ ਜਾਵੇ, ਇਨਫਰਾਸਟ੍ਰਕਚਰ ਤੇ ਤੁਸੀਂ ਕਰ ਕੀ ਰਹੇ ਜੇ? ਮੇਰੇ ਕੋਲ ਤੇ ਪੁਲੰਦਾ ਪਿਆ ਇਹਨਾਂ ਦੀਆਂ ਚੀਜ਼ਾਂ ਦਾ, ਜਿਹੜਾ ਤੁਸੀਂ ਕੁਛ ਨਹੀਂ ਕੀਤਾ, ਹਾਲੇ ਤਾਂ ਤੁਸੀਂ ਮੈਨੂੰ ਟਾਈਮ ਬਹੁਤ ਥੋੜਾ ਦਿੱਤਾ, ਅਗਲੇ ਅਸਾਈਨਮੈਂਟ ਮੈਂ ਤੁਹਾਨੂੰ ਇੱਕ ਇੱਕ ਇਹਨਾਂ ਦੀ ਉਹੀ ਕਹਿ ਰਿਹਾ ਕਿ ਇੱਕ ਇੱਕ ਦੋ ਦੋ ਪੁਆਇੰਟ ਰੱਖਦੇ ਰਹੋ ਤਾਂ ਕਿ ਆਪਾਂ ਜਵਾਬ ਲੈ ਸਕੀਏ। ਮੈਂ ਇਸ ਕਰਕੇ ਸ਼ੁਰੂਆਤ ਅੱਜ ਓਪੋਜੀਸ਼ਨ ਤੋਂ ਕੀਤੀ ਹੈ ਤਾਂ ਕਿ ਡਾਇਰੈਕਟ ਜਿਹੜੇ ਸਵਾਲ ਨੇ ਤੁਹਾਡੇ ਉਹ ਜਿਹੜੇ ਹਾਕਮ ਧਿਰ ਦੇ ਇੱਥੇ ਨੁਮਾਇੰਦੇ ਬੈਠੇ ਨੇ ਆਮ ਆਦਮੀ ਪਾਰਟੀ ਦੇ, ਆਪਾਂ ਉਹਨਾਂ ਤੋਂ ਲੈ ਸਕੀਏ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਰੁੱਖ ਕਰਦੇ ਹਾਂ, ਧਾਰਨੀ ਸਾਹਿਬ ਇਸ ਬਜਟ ਨੂੰ ਲੈ ਕੇ ਅਕਾਲੀ ਦਲ ਦਾ ਰਿਐਕਸ਼ਨ।
ਦੇਖੋ ਵੈਸੇ ਤਾਂ ਅਕਾਲੀ ਦਲ ਦਾ ਜਿਹੜਾ ਬਜਟ ਤੇ ਰਿਐਕਸ਼ਨ ਹੈਗਾ ਉਹ ਸਾਹਮਣੇ ਅੱਜ ਸਾਡੇ ਪ੍ਰਧਾਨ ਸਾਹਿਬ ਨੇ ਲਿਆ ਹੀ ਦਿੱਤਾ ਹੈ। ਠੀਕ ਹੈ, ਪਰ ਗੌਰਵ ਜੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈਗਾ, ਜਦੋਂ ਆਪਾਂ ਬਜਟ ਦੀ ਗੱਲ ਕਰਦੇ ਹੈਗੇ ਤਾਂ ਬਜਟ ਦੇ ਵਿੱਚ ਤੁਸੀਂ ਇਨਕਮ ਐਂਡ ਐਕਸਪੈਂਡੀਚਰ ਦੀ ਗੱਲ ਕਰਦੇ ਆ। ਬਿਲਕੁਲ, ਤੁਹਾਡੇ ਕੋਲ ਇਨਕਮ ਕੀ ਹੈਗੀ ਆ, ਤੁਸੀਂ ਜਿਹੜਾ ਹੈਗਾ ਖਰਚਾ ਕੀ ਕਰਨਾ ਹੈਗਾ। ਹੁਣ ਸਵਾਲ ਇਹ ਹੈਗਾ ਕਿ ਡੈਫੀਸਿਟ ਬਜਟ ਕਿੰਨਾ ਹੈਗਾ ਇਹਨਾਂ ਕੋਲ, ਔਰ ਜਿਹੜਾ ਹੈਗਾ ਪੈਸਾ ਇਹਨਾਂ ਕੋਲ ਕਿੰਨਾ ਹੈਗਾ। ਔਰ ਜਦੋਂ ਅਸੀਂ ਐਕਸਪੈਂਡੀਚਰ ਦੀ ਗੱਲ ਕਰਾਂਗੇ ਨਾ ਤਾਂ ਆਪਣੀ ਜੇਬ ਨੂੰ ਦੇਖ ਕੇ ਅਸੀਂ ਗੱਲ ਕਰਦੇ, ਅਸੀਂ ਆਹ ਖਰੀਦਣਾ, ਆਹ ਕਰਨਾ, ਆਹ ਕਰਨਾ। ਠੀਕ ਹੈ, ਦੇਖੋ ਇਹ ਇੱਕ ਤੁਸੀਂ ਗੱਲ ਵਿੱਚ ਜ਼ਰੂਰ ਕਹੀ ਕਿ ਜੀ ਇਹਨਾਂ ਨੇ ਕੋਈ ਬਜਟ ਨੀ ਲਾ ਦੇ ਵਿੱਚ ਕੋਈ ਜਿਹੜੇ ਹੈਗੇ ਨਵੇਂ ਟੈਕਸ ਨੀ ਲਾਏ ਗਏ। ਠੀਕ ਹੈ ਗੌਰਵ, ਮੈਂ ਪੁੱਛਦਾ ਕਿ ਜਿਹੜੇ ਪਰਸੋਂ ਦੇ ਅਖਬਾਰਾਂ ਦੇ ਵਿੱਚ ਪਰਸੋਂ ਜਾਂ ਚੌਥੇ 0.25% ਜਿਹੜਾ ਹੈਗਾ ਉਹਦੇ ਤੇ ਜਿਹੜਾ ਹੈਗਾ ਸਟਾਂਪ ਫੀਸ ਜਿਹੜੀ ਹੈਗੀ ਆ ਹਰ ਉਹਦੇ ਉੱਤੇ ਵਧਾ ਦਿੱਤੀ ਗਈ। ਉਸ ਤੋਂ ਪਹਿਲਾਂ ਜਿਹੜਾ ਹੈਗਾ ਪੈਟਰੋਲ ਡੀਜ਼ਲ ਤੇ ਜਿਹੜੇ ਟੈਕਸ ਲਾਏ ਗਏ, ਜਿਹੜਾ ਪੰਜਾਬ ਦੇ ਵਿੱਚ ਚੰਡੀਗੜ੍ਹ ਨਾਲੋਂ ਇੰਨਾ ਮਹਿੰਗਾ ਜਿਹੜਾ ਹੈਗਾ ਚੱਲ ਰਿਹਾ ਵਿਕ ਰਿਹਾ ਹੈਗਾ। ਠੀਕ ਹੈ ਜੀ, ਇਹ ਤਾਂ ਗੱਲਾਂ ਹੈਗੀਆਂ ਇੱਕ। ਦੂਸਰੀ ਗੱਲ, ਕੱਲ ਸਾਰੇ ਅਖਬਾਰਾਂ ਨੇ ਸਾਰੇ ਲੀਡਿੰਗ ਨਿਊਜ਼ ਪੇਪਰਾਂ ਨੇ ਇੱਕ ਗੱਲ ਬੜੀ ਕਲੀਅਰ ਕਰਤੀ ਸੀ ਕਿ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਨੇ ਜਨਵਰੀ ਔਰ ਫਰਵਰੀ ਦੇ ਵਿੱਚ 4,300 ਕਰੋੜ ਰੁਪਏ ਦਾ ਕਰਜ਼ਾ ਲਿਆ। ਠੀਕ ਹੈ, ਔਰ ਮਾਰਚ ਦੇ ਵਿੱਚ ਇਹਨਾਂ ਨੇ 3800 ਕਰੋੜ ਰੁਪਏ ਦਾ ਕਰਜ਼ਾ ਅਪਲਾਈ ਕੀਤਾ। ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਕੋਲ ਜਿਹੜਾ ਹੈਗਾ 3,33,000 ਕਰੋੜ ਰੁਪਏ ਦਾ ਅੱਜ ਤੱਕ ਦਾ ਕਰਜ਼ਾ ਹੈਗਾ। ਠੀਕ ਹੈ, ਮੈਂ ਇਹਨਾਂ ਨੂੰ ਪੁੱਛਦਾ, ਉਹ ਨਾਲ ਇੱਕ ਹੋਰ ਅੰਕੜਾ ਦਿੱਤਾ ਸੀ ਬੜਾ ਕਲੀਅਰ ਕਿ ਜਿਹੜਾ ਪੈਦਾ ਮਤਲਬ ਐਵਰੀ ਡੇ ਹੈ ਜਿਹੜਾ 59 ਕਰੋੜ ਰੁਪਏ ਜਿਹੜਾ ਹੈਗਾ ਪਰ ਡੇ ਜਿਹੜਾ ਹੈਗਾ ਉਹਦਾ ਵਿਆਜ ਉਤਾਰਿਆ ਜਾ ਰਿਹਾ ਹੈਗਾ। ਮੈਂ ਹੁਣ ਪੁੱਛਦਾ ਕਿ ਜਿਹੜਾ ਇਸ ਪੰਜਾਬ ਦੀ ਧਰਤੀ ਦੇ ਉੱਤੇ ਬੱਚਾ ਪੈਦਾ ਹੋ ਰਿਹਾ ਉਹ ਐਵਰੀ ਡੇ ਉਹ ਪੈਦਾ ਹੋਣ ਤੋਂ ਪਹਿਲਾਂ ਕਿੰਨਾ ਲੋਨ ਆਪਣੇ ਸਿਰ ਦੇ ਉੱਤੇ ਲੈ ਕੇ ਚੱਲ ਰਿਹਾ। ਇਹ ਤਾਂ ਹੋ ਗਈ ਨਾ ਇੱਕ ਗੱਲ ਕਿ ਸਾਡੇ ਹਾਲਾਤ ਕੀ ਹੈਗੇ ਆ। ਬਿਲਕੁਲ, ਸਾਡਾ ਜਿਹੜਾ ਸਾਡਾ ਅੱਜ ਇਨਕਮ ਦਾ ਜਿਹੜਾ ਹੈਗਾ ਸੋਰਸ ਕੀ ਹੈਗਾ। ਹੁਣ ਰਹਿ ਗਈ ਗੱਲ ਅਗਲੀ, ਦੇਖੋ ਜਿਹੜੀਆਂ ਅੱਜ ਇੱਕ ਬਸ ਇੱਕ ਖਾਨਾ ਪੂਰਤੀ ਕੀਤੀ ਗਈ ਹੈਗੀ ਆ ਉਹ ਬਜਟ ਤੇ ਪਹਿਲਾਂ, ਕੱਲ ਕਿਸ ਤਰ੍ਹਾਂ ਲੜਾਈ ਪਾਈ ਗਈ ਤਾਂ ਕਿ ਇਸ ਦੇ ਉੱਤੇ ਜਿਹੜਾ ਹੈਗਾ ਕੋਈ ਗੱਲ ਹੀ ਨਾ ਹੋ ਸਕੇ, ਕਿਸੇ ਕਿਸਮ ਦਾ ਰੋਡ ਮੈਪ ਹੀ ਨਾ ਆ ਸਕੇ। ਰੋਡ ਮੈਪ ਇਹਨਾਂ ਦਾ ਕੀ ਹੈਗਾ, ਪੈਸਾ ਜਿਹੜਾ ਹੈਗਾ ਪੈਸਾ ਆਉਣ ਤੇ ਬਾਅਦ ਪੈਸਾ ਜਿਹੜਾ ਖਰਚੇ ਦੀ ਗੱਲ। ਇੱਕ ਹੋਰ ਗੌਰਵ, ਇੱਕ ਛੋਟੀ ਜਿਹੀ ਗੱਲ ਦੱਸਣੀ ਹੈ ਜੀ ਜੀ ਪਲੀਜ਼। ਤੁਹਾਨੂੰ ਯਾਦ ਹੋਊਗਾ ਕਿ ਪਰਸੋਂ ਸਾਰੇ ਜਿਹੜੇ ਹੈਗੇ ਆ ਇੱਕ ਆਰਡਰ ਪਾਸ ਕਰ ਦਿੱਤੇ ਗਏ ਕਿ ਜਿੰਨੇ ਅਨਯੂਟੀਲਾਈਜ਼ਡ ਫੰਡਸ ਪਏ ਹੈਗੇ ਆ, ਚਾਹੇ ਉਹ ਕਿਸੇ ਪੰਚਾਇਤ ਕੋਲ ਆ, ਚਾਹੇ ਮਿਊਂਸੀਪਲ ਕਮੇਟੀ ਕੋਲ ਆ, ਚਾਹੇ ਕਿਸੇ ਮਹਿਕਮੇ ਕੋਲ ਆ, ਉਹ ਸਾਰੇ ਦਾ ਸਾਰੇ ਵਾਪਸ ਕਰਾ ਲਏ ਗਏ। ਇਹ ਤਾਂ ਇਹਨਾਂ ਦੀਆਂ ਗੱਲਾਂ ਹੈਗੀਆਂ, ਇਨਕਮ ਸੋਰਸਿਸ ਇਹਨਾਂ ਕੋਲ ਕੋਈ ਨਹੀਂ ਹੈਗਾ। ਠੀਕ ਹੈ, ਚਲੋ ਤੁਹਾਡਾ ਇੰਪੋਰਟੈਂਟ ਪੁਆਇੰਟ ਹੈ, ਤੁਸੀਂ ਜਿਹੜਾ ਧਾਰਨੀ ਸਾਹਿਬ ਜ਼ਿਕਰ ਕੀਤਾ ਨਾ, ਮੈਂ ਹੋਰ ਸੌਖੇ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਸਮਝਾਵਾਂ। ਗੱਲ ਇਹ ਹੈ ਕਿ ਤੁਹਾਡੀ ਇਨਕਮ ਕਿੰਨੀ ਹੈ, ਜੇ ਆਪਾਂ ਕਮਾ 100 ਰੁਪਇਆ ਰਹੇ ਹਾਂ ਤਾਂ ਖਰਚਾ ਕਿੰਨਾ ਕਰਾਂਗੇ, 150 ਤਾਂ ਨਹੀਂ ਹੋ ਸਕਦਾ, ਜੇ 150 ਹੋਏਗਾ ਤਾਂ 50 ਰੁਪਏ ਕਿੱਥੋਂ ਆਉਣਗੇ, 50 ਰੁਪਏ ਤੁਹਾਨੂੰ ਕਰਜ਼ਾ ਲੈਣਾ ਹੋਏਗਾ। ਤਾਂ ਬਜਟ ਦੇ ਵਿੱਚ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਜੇ ਹੁਣ ਇਹ 2024-2025 ਦਾ ਬਜਟ ਹੈ, 1 ਅਪ੍ਰੈਲ 2024 ਤੋਂ ਜਿਹੜਾ ਇੰਪਲੀਮੈਂਟ ਹੋਏਗਾ, ਜੇ ਇਸ ਦੇ ਵਿੱਚ ਕਮਾਈ ਜਿੰਨੀ ਹੈਗੀ ਹੈ ਤੇ ਖਰਚਾ ਉਸ ਤੋਂ ਜ਼ਿਆਦਾ ਹੈ ਤਾਂ ਬਾਕੀ ਦਾ ਰੈਵਨਿਊ ਕਿੱਥੋਂ ਆਏਗਾ, ਇੱਕ ਵੱਡਾ ਹਮੇਸ਼ਾ ਤੋਂ ਸਵਾਲ ਹੁੰਦਾ। ਮੈਂ ਇਸ ਦੇ ਉੱਤੇ ਆਵਾਂਗਾ। ਅਹਿਬਾਬ ਜੀ ਥੋੜ੍ਹਾ ਹੋਰ ਵੇਟ ਕਰਿਓ, ਇੱਕ ਵਾਰੀ ਕੁਲਦੀਪ ਸਿੰਘ ਧਾਲੀਵਾਲ ਜੀ ਦਾ ਮੈਂ ਰੁਕ ਕਰ ਲਵਾਂ। ਧਾਲੀਵਾਲ ਸਾਹਿਬ, ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਅੱਜ ਦੇ ਬਜਟ ਨੂੰ? ਬਹੁਤ ਸਪੈਸੀਫਿਕ ਪੁਆਇੰਟ ਜਿਨ੍ਹਾਂ ਦਾ ਜ਼ਿਕਰ ਧਾਰਨੀ ਸਾਹਿਬ ਤੇ ਸੰਧੂ ਸਾਹਿਬ ਕਰ ਚੁੱਕੇ ਨੇ, ਉਸ ਤੋਂ ਵੱਖਰੇ ਤੁਸੀਂ ਜ਼ਰੂਰ ਰੱਖ ਦਿਓ ਤਾਂ ਕਿ ਆਪਾਂ ਜਵਾਬ ਲੈ ਸਕੀਏ ਅਹਿਬਾਬ ਗਰੇਵਾਲ ਜੀ ਤੋਂ।
ਨਹੀਂ ਬਿਲਕੁਲ, ਮੈਂ ਉਹੀ ਪੁਆਇੰਟ ਰੱਖਾਂਗਾ ਜੀ ਜਿਹੜੇ ਉਹਨਾਂ ਨੇ ਨਹੀਂ ਰੱਖੇ ਜੀ। ਬਿਲਕੁਲ, ਮੈਂ ਪਹਿਲਾਂ ਤੁਹਾਡੇ ਦਰਸ਼ਕਾਂ ਦੇ ਕੋਲ ਇਹ ਗੱਲ ਜ਼ਰੂਰ ਰੱਖਦਾ ਕਿ ਇਹ ਜਿਹੜਾ ਬਜਟ ਇਹਨਾਂ ਨੇ ਅੱਜ ਪੇਸ਼ ਕੀਤਾ ਹੈ ਇਹ ਬਹੁਤ ਨੀਰਸਤਾ ਭਰਿਆ ਬਜਟ ਹੈ ਔਰ ਲਿਪਾ ਪੋਤੀ ਵਾਲਾ ਬਜਟ ਹੈ। ਜਿਵੇਂ ਤੁਸੀਂ ਵੀ ਗੱਲ ਕਹੀ, 2 ਲੱਖ ਪਾਰ ਕਰ ਗਿਆ ਜੀ ਬਜਟ, ਉਹ ਇਸ ਤਰ੍ਹਾਂ ਹੀ ਜਿਹੜਾ ਹੈਗਾ। ਚੀਮਾ ਸਾਹਿਬ ਨੇ ਗੱਲਾਂ ਸੁਣਾਤੀਆਂ ਔਰ ਉਹਦੇ ਉੱਪਰ ਮੈਂ ਗੱਲ ਲੈ ਕੇ ਜਾਵਾਂਗਾ ਜਿਹੜੀ ਦੋਵਾਂ ਬੁਲਾਰਿਆਂ ਨੇ ਕੀਤੀ ਕਿਸਾਨੀ ਦੀ। ਤੁਸੀਂ ਕਿਹਾ ਜੀ 9,000 ਕਰੋੜ ਦੀ ਜਿਹੜੀ ਹੈਗੀ ਆ ਸਬਸਿਡੀ ਜਿਹੜੀ ਆ ਦੇਤੀ ਇਸ ਬਜਟ ਚ, ਉਹਦੇ ਉੱਤੇ 500 ਕਰੋੜ ਡਾਇਵਰਸੀਫਿਕੇਸ਼ਨ ਨੂੰ ਕੁਛ ਹੋਰ ਫੰਡ ਰੱਖੇ, 12-13,000 ਕਰੋੜ ਦਾ ਬਜਟ ਹੈ ਸਿਰਫ ਖੇਤੀਬਾੜੀ ਵਾਸਤੇ। ਮੈਂ ਗਰੇਵਾਲ ਸਾਹਿਬ ਨੂੰ ਇਹ ਪੁੱਛਣਾ ਚਾਹੂੰਗਾ ਕਿ ਗਰੇਵਾਲ ਸਾਹਿਬ ਜਿਹੜੀ 23 ਫਸਲਾਂ ਦੀ MSP ਤੁਸੀਂ ਆਪਦੇ ਮੈਨੀਫੈਸਟੋ ਚ ਵਾਅਦਾ ਕੀਤਾ ਸੀ ਔਰ ਜਿਹੜੀ ਡਾਇਵਰਸੀਫਿਕੇਸ਼ਨ ਲਈ 1 ਥਾਪੜੀ ਸੀ ਮੁੱਖ ਮੰਤਰੀ ਸਾਹਿਬ ਨੇ, ਉਹ 9,000 ਕਰੋੜ ਤਾਂ ਪਹਿਲਾਂ ਤੋਂ ਦਿੰਦੇ ਆ ਰਹੇ ਆਪਾਂ, ਉਹ ਕੋਈ ਇਹਨਾਂ ਦੀ ਦੇਣ ਨਹੀਂ ਹੈਗੀ। ਔਰ ਜਿਹੜਾ ਡਾਇਵਰਸੀਫਿਕੇਸ਼ਨ ਉੱਥੇ ਹੀ ਖੜੀ ਹੈ, ਤੁਸੀਂ ਦਿੰਦੇ ਇਹਦੇ ਚ 5-4,000 ਕਰੋੜ ਦਾ ਡਾਇਵਰਸੀਫਿਕੇਸ਼ਨ ਬਜਟ, ਔਰ ਤੁਸੀਂ ਜਿਹੜਾ ਫਸਲ ਬੀਮਾ ਯੋਜਨਾ ਦੀ ਗੱਲ ਕਰਦੇ ਇਹਦੇ ਚ ਬਜਟ ਰੱਖਦੇ ਵੀ ਅਸੀਂ ਭਰਾਂਗੇ ਜੀ ਫਸਲ ਬੀਮਾ ਯੋਜਨਾ ਦੀ ਕਿਸ਼ਤ, ਸਾਡੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਲੈਣਾ ਪਊਗਾ ਅੱਗੇ ਤੋਂ, ਕੁਛ ਨਹੀਂ ਉਹਦੇ ਵਾਸਤੇ ਹੈਗਾ, ਨਾ ਡਾਇਵਰਸੀਫਿਕੇਸ਼ਨ ਲਈ ਕੁਛ, ਨਾ ਜਿਹੜਾ ਹੈਗਾ ਆਪਣੀ ਕੋਈ MSP ਲਈ ਕੋਈ ਬਜਟ ਹੈ ਇਹਨਾਂ ਕੋਲੇ, ਨਾ ਇਹਨਾਂ ਕੋਲੇ ਜਿਹੜਾ ਹੈਗਾ ਕੋਈ ਬਦਲਵੀਆਂ ਫਸਲਾਂ ਜਿਹੜੀਆਂ ਉਹਨਾਂ ਦਾ ਪ੍ਰਾਵਧਾਨ ਕਰਨ ਲਈ ਸਟੋਰੇਜ ਲਈ ਦੂਜੇ ਕੰਮਾਂ ਲਈ। ਹੁਣ ਆ ਜਾਓ ਮਾਲੀਆ ਵਧਣ ਦੀ ਗੱਲ ਤੁਸੀਂ ਕੀਤੀ 2 ਲੱਖ ਕਰੋੜ, ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਦਾ 50,000 ਕਰੋੜ ਤੋਂ ਵੱਧ ਦੀ ਇਨਵੈਸਟਮੈਂਟ ਕੇਂਦਰ ਸਰਕਾਰ ਦੀ ਆਈ ਆਪਣੇ ਕੋਲ ਇਹਨਾਂ 2-3 ਸਾਲਾਂ ਚ। ਉਹਦਾ GST ਹੈ ਜਿਹੜਾ ਇਹਨਾਂ ਕੋਲੇ ਥੋੜਾ ਜਿਹਾ ਇਹਨਾਂ ਨੇ ਮਾਲੀਆ ਥੋੜਾ ਜਿਹਾ ਜਿਹੜਾ ਅੱਪ ਗਿਆ ਆਲ ਦੀ ਕਮਾਈ ਨਾਲ, ਜਿਹੜੀਆਂ ਪੰਜਾਬ ਸਰਕਾਰ ਦੀ ਕਮਾਈ ਨਾਲ ਮੈਨੂੰ 1 ਰੁਪਈਆ ਗਰੇਵਾਲ ਸਾਹਿਬ ਗਿਣਾ ਦੇਣ ਜਿਹੜਾ ਇਹਨਾਂ ਨੇ ਵਧਾਇਆ 1 ਰੁਪਈਆ ਵੀ ਨੀ। ਕਹਿੰਦੇ ਟੈਕਸ ਦਾ ਮਾਲੀਆ 13% ਵੱਧ ਗਿਆ, ਉਹ ਕਾਹਦੇ ਨਾਲ ਵਧਿਆ ਜੀ? ਕੇਂਦਰ ਸਰਕਾਰ ਦੀ ਇਨਵੈਸਟਮੈਂਟ ਆਈ ਆ, ਉਹ ਚ GST ਵੀ ਆਇਆ, ਉਹੀ ਵਧਾਇਆ, ਹੋਰ ਤਾਂ ਕੁਛ ਨੀ ਵਧਾਇਆ। ਇਹਨਾਂ ਦਾ ਕੋਈ 1 ਪ੍ਰੋਜੈਕਟ ਦੱਸ ਦੇਣ ਮੈਨੂੰ ਗਰੇਵਾਲ ਸਾਹਿਬ, ਜਦੋਂ ਕਰਨਗੇ ਵੀ ਅਸੀਂ 1 ਪ੍ਰੋਜੈਕਟ ਆ ਲਿਆਂਦਾ ਜੀ 50,000 ਕਰੋੜ ਦਾ, 20,000 ਕਰੋੜ ਦਾ, 30,000 ਕਰੋੜ ਦਾ, ਜਿਹਦੇ ਨਾਲ ਮਾਲੀਆ ਵੱਧ ਗਿਆ। ਪੁਰਾਣੇ ਰੈਗੂਲਰ ਦਾ ਕੋਈ ਹੈ ਨੀ। ਹੁਣ ਉਹਦੇ ਉੱਤੇ ਭਲਾਈ ਸਕੀਮਾਂ ਲਾ ਲਓ, ਕਹਿੰਦੇ ਜੀ ਐਜੂਕੇਸ਼ਨ ਬਜਟ, ਕਹਿੰਦੇ ਜੀ ਸਾਡਾ ਹਸਪੀਟਲਾਂ ਦਾ ਬਜਟ, ਸਾਡਾ ਦੇਖੋ ਜੀ ਉਹ ਸਾਰਾ ਕੇਂਦਰ ਦੇ ਫੰਡਾਂ ਨਾਲ ਚਲਾਈ ਜਾਂਦੇ ਆ, ਇਹ ਕੋਈ ਮਾਲੀਆ ਇਹਨਾਂ ਤੋਂ ਵੱਧ ਨਹੀਂ ਰਿਹਾ। ਔਰ ਜਿਹੜਾ ਇਹਨਾਂ ਨੇ ਬਜਟ ਵੀ ਬਣਾਇਆ ਉਹ ਪੁਰਾਣੀਆਂ ਹੀ ਸਕੀਮਾਂ, ਜਿਵੇਂ ਆ ਪੁਰਾਣੀ ਫੈਸਿਲਿਟੀ ਆ ਸਾਰੀ ਉਹੀ ਕੋ ਚਲਾਈ ਜਾਂਦਾ, ਉਹਨੂੰ ਲਿਪਾ ਪੋਤੀ ਕਰਕੇ ਨਵਾਂ ਨਾਂ ਦੇ ਕੇ ਪੇਸ਼ ਕਰ ਦਿੰਦੇ ਆ। ਠੀਕ ਹੈ, ਕੋਈ 5 ਸਕੀਮਾਂ ਗਰੇਵਾਲ ਸਾਹਿਬ ਦੱਸ ਦੇਣ ਜਿਹੜੀਆਂ ਭਲਾਈ ਦੀਆਂ ਇਹਨਾਂ ਨੇ ਚਲਾਈਆਂ ਇਸ ਬਜਟ ਤੇ। ਠੀਕ ਹੈ, ਆਪਾਂ ਜਵਾਬ ਲੈਣੇ, ਹੁਣ ਜਵਾਬ ਲੈਣੇ ਆ ਗਰੇਵਾਲ ਸਾਹਿਬ ਦਾ, ਰੁਕ ਕਰਦਾ ਗਰੇਵਾਲ ਸਾਹਿਬ। ਦੇਖੋ ਮੈਂ ਸ਼ੁਰੂਆਤ ਕਰਦਾ ਹਾਂ ਕਿਉਂਕਿ ਜਿਵੇਂ ਹੀ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਮੈਂ ਸੰਧੂ ਸਾਹਿਬ ਕੋਲ ਗਿਆ ਤਾਂ ਪਹਿਲਾ ਪੁਆਇੰਟ ਆ ਗਿਆ ਕਰਜ਼ੇ ਦਾ। ਕਰਜ਼ੇ ਨੂੰ ਲੈ ਕੇ ਸਿਆਸਤ ਖੂਬ ਹੋਈ ਹੈ ਗਰੇਵਾਲ ਸਾਹਿਬ, ਤੁਸੀਂ ਜਵਾਬ ਦਿਓਗੇ। ਮੇਰੇ ਕੋਲ ਕੁਝ ਅੰਕੜਾ ਇਸ ਸਮੇਂ ਜਿਹੜਾ ਕਰਜ਼ੇ ਨੂੰ ਲੈ ਕੇ ਆ ਕਿ 2024-2025 ਦੇ ਵਿੱਚ ਸਰਕਾਰ ਦਾ ਅੰਕੜਾ ਕਿ ਜਿਹੜਾ ਕਰਜ਼ਾ ਉਹ 3,53,600 ਕਰੋੜ ਰੁਪਏ ਤੱਕ ਪਹੁੰਚ ਜਾਏਗਾ। ਮੈਂ ਇਸ ਵਿਚਾਲੇ ਇਹ ਵੀ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਕਰਜ਼ ਨੂੰ ਲੈ ਕੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਇੱਕ ਮਤਾ ਰੱਖਣ ਵਾਲੇ ਨੇ ਕੱਲ੍ਹ ਨੂੰ, ਦੇਖਦੇ ਹਾਂ ਉਸ ਦੇ ਵਿੱਚ ਕੀ ਕੁਛ ਹੋਏਗਾ। ਅਹਿਬਾਬ ਗਰੇਵਾਲ ਜੀ, ਤੁਹਾਡਾ ਬਜਟ ਨਹੀਂ ਤੁਹਾਡੇ ਵਿਰੋਧੀਆਂ ਨੂੰ ਪਸੰਦ ਆ ਰਿਹਾ, ਕਹਿੰਦੇ ਹੈ ਨਹੀਂ ਕੁਛ ਇਸ ਬਜਟ ਦੇ ਵਿੱਚ, ਕੋਈ ਦਮਦਾਰ ਨਹੀਂ ਸੀ, ਕੋਈ ਤੜਕਦੀ ਫੜਕਦੀ ਚੀਜ਼ ਦਿਖੀ ਨਹੀਂ ਜੀ। 2-3 ਗੱਲਾਂ ਨੇ, ਮੈਂ ਬੇਨਤੀ ਕਰੂੰਗਾ ਕਿ ਸ਼ਾਇਦ ਮੈਨੂੰ ਹੁਣ ਪੂਰਾ ਕਰਨ ਦੇਣ, ਬਾਕੀ ਤਾਂ ਚੁੱਪ ਕਰ ਜਾਂਦੇ, ਧਾਲੀਵਾਲ ਸਾਹਿਬ ਨੂੰ ਸਪੈਸ਼ਲ ਬੇਨਤੀ ਕਿ ਮੈਨੂੰ ਗੱਲ ਕਰਨ। ਪਹਿਲੀ ਗੱਲ, ਦੇਖੋ ਜੀ ਮੈਂ ਬੜਾ ਸਾਇੰਟਿਫਿਕ ਇਕਨੋਮਿਕ ਤਰੀਕੇ ਨਾਲ ਗੱਲ ਨਹੀਂ ਕਰੂੰਗਾ, ਜਟਕਾ ਸਾਹਿਬ ਆ, ਮੈਨੂੰ ਬੜੀ ਇਕਨੋਮਿਕ ਸਮਝ ਨਹੀਂ ਆਉਂਦੀ, ਮੈਂ ਸਿੱਧੀ ਜੀ ਗੱਲ ਦੱਸਦਾ। ਪ੍ਰਾਇਰਟੀ ਐਜੂਕੇਸ਼ਨ, ਰਿਕਾਰਡ ਪੈਸੇ ਰੱਖੇ, ਪ੍ਰਾਇਰਟੀ ਹੈਲਥ, ਰਿਕਾਰਡ ਪੈਸੇ ਰੱਖੇ, ਪ੍ਰਾਇਰਟੀ ਸਨਅਤ, ਰਿਕਾਰਡ ਪੈਸੇ ਰੱਖੇ, ਪ੍ਰਾਇਰਟੀ ਐਗਰੀਕਲਚਰ, ਰਿਕਾਰਡ ਪੈਸੇ ਰੱਖੇ, ਪ੍ਰਾਇਰਟੀ ਕਹਿੰਦੇ ਮਾਨ ਸਾਹਿਬ ਬਾਰ ਬਾਰ ਕਹਿੰਦੇ ਆ ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤ ਮਹੱਤ, ਪਾਣੀ ਬਚਾਉਣ ਲਈ 2,000 ਕਰੋੜ ਰੁਪਇਆ। ਤੁਸੀਂ ਯਕੀਨ ਮੰਨੋ ਗੌਰਵ ਜੀ, ਸੀਐਮ ਹਾਊਸ ਤੋਂ 5 ਕਿਲੋਮੀਟਰ ਦੂਰ ਜਿੱਥੇ ਇਹਨਾਂ ਦੇ ਮਹਿਲ ਨੇ, ਜਿੱਥੇ ਇਹਨਾਂ ਦੇ ਸਿਸਟਮ ਦੂਜੇ ਮਹਿਲ ਨੇ, ਉੱਥੇ ਆਮ ਲੋਕਾਂ ਨੂੰ ਟੈਂਕਰ ਮੰਗਵਾਉਣੇ ਪੈਂਦੇ ਆ। ਸੋ ਪਹਿਲੀ ਗੱਲ ਇਹ।
ਦੂਜੀ ਗੱਲ, ਕੋਈ ਵੀ ਨਵਾਂ ਇਨਫਰਾਸਟ੍ਰਕਚਰ ਪੰਜਾਬ ਚ ਕਦੋਂ ਆਇਆ? ਇਨਫਰਾਸਟ੍ਰਕਚਰ ਪੰਜਾਬ ਚ ਸਕੂਲ ਬਣ ਰਹੇ ਆ ਸਰ, ਆਮ ਆਦਮੀ ਕਲੀਨਿਕ ਬਣ ਰਹੇ ਆ ਸਰ, ਹਸਪਤਾਲ ਬਣ ਰਹੇ ਆ ਸਰ, ਇਨਫਰਾਸਟ੍ਰਕਚਰ ਨਵਾਂ ਉਹ ਵੀ ਹੁੰਦਾ, ਸੜਕਾਂ ਤੇ ਉਦਘਾਟਨ ਕਰਨੇ ਜ਼ਰੂਰੀ ਹੁੰਦੇ, ਇਹ ਬਣ ਰਹੇ ਨੇ, ਕਹਿੰਦੇ ਰਿਕਾਰਡਡ ਆ, ਪੰਜਾਬ ਦੇ ਲੋਕ ਆਪ ਦੇਖ ਰਹੇ ਨੇ, ਮੈਂ ਨੀ ਕਹਿ ਰਿਹਾ ਪੰਜਾਬ ਦੇ ਲੋਕ ਦੇਖਣ। ਥਰਡਲੀ, ਤੋ ਇਹ ਕਹਿੰਦੇ ਬਾਜਵਾ ਸਾਹਿਬ ਦੀ ਮੈਂ ਗੱਲ ਸੁਣੀ, ਅਸੀਂ ਕੋਈ ਇੱਕ ਰੁਪਈਆ ਵੀ ਕਰਜ਼ਾ ਨਹੀਂ ਲਵਾਂਗੇ। ਇਹਨਾਂ ਦੇ ਚਿਦੰਬਰਮ ਜੀ ਕਹਿੰਦੇ ਸੀਗੇ ਕਿ ਨੋ ਗਵਰਨਮੈਂਟ ਕੈਨ ਫੰਕਸ਼ਨ ਵਿਦਆਊਟ ਡੈਟ, ਅਮੈਰੀਕਨ ਗਵਰਨਮੈਂਟ ਵੀ ਡੈਟ ਲੈਂਦੀ ਹੈ, ਚਿਦੰਬਰਮ ਜੀ ਦਾ ਕਹਿਣਾ, ਮੈਂ ਨੀ ਕਹਿ ਰਿਹਾ। ਐਂਡ ਦੂਜੀ ਗੱਲ, ਸਾਡੇ ਕੋਲ ਫਿਗਰਸ ਨੇ 60,000 ਕਰੋੜ ਪਲੱਸ 7,000 ਕਰੋੜ 67,000 ਕਰੋੜ, ਤੁਹਾਡੇ ਫਿਗਰਸ, ਤੁਹਾਡੇ ਗੌਰਵ ਜੀ ਜਿਹੜੇ ਓਫੀਸ਼ੀਅਲ ਫਿਗਰਸ ਨੇ ਉਹ 30,000 ਕਰੋੜ ਦੱਸ ਰਹੇ। ਹੁਣ ਜਿਹੜਾ ਕਰਜ਼ਾ ਉਹਦੀ ਮੈਂ ਪੰਜਾਬੀਆਂ ਨੂੰ ਸਿੰਪਲ ਜੀ ਗੱਲ ਸਮਝਾਵਾਂ ਕਿ ਆਪਣੇ ਘਰ ਚ ਕੋਈ ਆਪਦਾ ਆ ਗਈ, ਕੋਈ ਪ੍ਰੋਬਲਮ ਆ ਗਈ, ਹਾਂ ਇਹ ਗੱਲ ਹੋਰ ਹੈ ਕਿ ਇਹ ਕਰਜ਼ਾ ਆਪਦਾ ਲਈ ਵੀ ਲਿਆ ਗਿਆ, ਇਹ ਕਰਜ਼ਾ ਜੇਬਾਂ ਭਰਨ ਲਈ ਲਿਆ ਗਿਆ, ਪਰ ਉਹਨੂੰ ਜਦੋਂ ਆਪਾਂ ਮੋੜਦੇ ਹਾਂ, ਕਈ ਵਾਰੀ ਹੁੰਦਾ ਜੀ ਵਿਆਜ ਜ਼ਿਆਦਾ ਹੋ ਰਿਹਾ, ਪਹਿਲੀ ਵਾਰੀ ਹੋਇਆ ਕਿ ਵਿਆਜ ਦੀ ਦਰ ਤੇ ਜਿਹੜੀ ਆਮਦਨ ਆ ਰਹੀ ਹੈ ਉਹਦੀ ਦਰ ਫਿਕਸ ਹੋ ਗਈ, ਬਰਾਬਰ ਆ ਗਈ, ਹੁਣ ਅਸੀਂ ਥੱਲੇ ਵੀ ਧੱਕਾਂਗੇ ਇਹਨੂੰ ਮੋੜਾਂਗੇ ਵੀ। ਸੈਕਿੰਡਲੀ, ਜਿਵੇਂ ਚੀਮਾ ਜੀ ਨੇ ਕਿਹਾ ਕਿ ਜਿਹੜੀ ਸਰਕਾਰ ਦੀ ਵਿਜ਼ਨ ਨਜ਼ਰ ਨਹੀਂ ਆਈ, ਵਿਜ਼ਨ ਭੈਣਾਂ ਨੂੰ 1,000 ਰੁਪਇਆ ਨਹੀਂ ਮਿਲਿਆ, ਮਿਲ ਜੂਗਾ, ਬੜੀ ਜਲਦੀ ਮਿਲੂਗਾ। ਵਿਜ਼ਨ ਕੀ ਹੈ ਕਿ ਭੈਣਾਂ ਦਾ ਭਰਾਵਾਂ ਦਾ ਬਿਜਲੀ ਦਾ ਖਰਚਾ ਨਾ ਹੋਵੇ, ਵਿਜ਼ਨ ਕੀ ਹੈ ਕਿ ਸਕੂਲ ਦੇ ਬੱਚਿਆਂ ਦੀ ਫੀਸਾਂ ਦਾ ਖਰਚਾ ਨਾ ਹੋਵੇ, ਪ੍ਰਾਈਵੇਟ ਸਕੂਲਾਂ ਤੋਂ ਪਬਲਿਕ ਸਕੂਲਾਂ ਚ ਆਉਣ, ਵਿਜ਼ਨ ਕੀ ਹੈ ਕਿ ਹੈਲਥ ਤੇ ਲੋਕਾਂ ਨੂੰ ਮਰਨਾ ਨਾ ਪਵੇ, ਵਿਜ਼ਨ ਕੀ ਹੈ ਕਿ ਲੋਕਾਂ ਨੂੰ ਪਾਣੀ ਦੇ ਟੈਂਕਰ ਨਾ ਮੰਗਾਉਣੇ ਪੈਣ, ਵਿਜ਼ਨ ਕੀ ਹੈ ਲੋਕਾਂ ਨੂੰ ਚੰਗਾ ਖਾਣਾ ਮਿਲੇ, ਵਿਜ਼ਨ ਕੀ ਹੈ ਕਿ ਸਨਅਤ ਵਧੇ ਤੇ ਉਹਦੇ ਚ ਪੈਸੇ ਲੱਗਣ। ਸੋ ਵਿਜ਼ਨ ਜਿਹੜੀ ਪੰਜਾਬ ਦੀ ਹੈ, ਮਾਨ ਸਾਹਿਬ ਦੀ, ਬੜੀ ਕਲੀਅਰ ਨਜ਼ਰ ਆਉਂਦੀ ਹੈ ਇਸ ਬਜਟ ਚ, ਬੜੀ ਕਲੀਅਰ ਨਜ਼ਰ ਆਉਂਦੀ ਹੈ। ਤੁਹਾਡੇ ਵਿਰੋਧੀ ਕਹਿ ਰਹੇ ਨੇ, ਤੁਹਾਡੇ ਵਿਰੋਧੀ, ਤੁਸੀਂ ਬਹੁਤ ਬਹੁਤ ਤਫਸੀਲ ਨਾਲ ਗੱਲ ਰੱਖੀ ਹੈ ਗਰੇਵਾਲ ਸਾਹਿਬ, ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਾਂ, ਪਰ ਤੁਹਾਡੇ ਵਿਰੋਧੀ ਕਹਿ ਰਹੇ ਨੇ, ਖਾਸ ਤੌਰ ਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਦਿੱਤਾ ਕੁਲਦੀਪ ਧਾਲੀਵਾਲ, ਕਹਿੰਦੇ ਤੁਸੀਂ ਇਹ ਦੱਸੋ ਨਾ ਕਿ ਤੁਸੀਂ ਇਨਕਮ ਵਧਾਉਣ ਵਾਲਾ ਕਿਹੜਾ ਸਟੈਪ ਚੁੱਕੇ ਆ? ਕਰਜ਼ੇ ਦੀ ਗੱਲ ਤਾਂ ਕਰਦੇ ਹੋ ਕਿ ਕਰਜ਼ੇ ਨਾਲ ਸਰਕਾਰਾਂ ਚੱਲਦੀਆਂ ਹਨ, ਪਰ ਆਮਦਨ ਵਧਾਉਣ ਵਾਲਾ ਕਿਹੜਾ ਸਟੈਪ ਹੈ? ਪੰਜ ਸਕੀਮਾਂ ਲੋਕ ਭਲਾਈ ਦੀਆਂ ਇਸ ਬਜਟ ਚ। ਧਾਲੀਵਾਲ ਸਾਹਿਬ ਮੈਂ ਬੋਲਣਾ, ਥੈਂਕ ਯੂ। ਹੁਣ ਮੈਂ ਥੋੜੇ ਕੰਪੈਰੀਜ਼ਨ ਕਰਦਾ। ਇੰਡੀਅਨ ਗਵਰਨਮੈਂਟ ਦੀ ਜਿਹੜੀ ਟੈਕਸ ਇਨਕਮ ਹੈ, ਟੈਕਸ ਔਨ ਟੈਕਸ, ਹਾਲਾਂਕਿ ਬੀਜੇਪੀ ਗਵਰਨਮੈਂਟ ਜਦ ਦੀ ਆਈ ਹੈ ਉਹ ਅੰਕੜੇ ਦਿੰਦੀ ਨਹੀਂ, ਟੈਕਸ ਔਨ ਟੈਕਸ ਇਨਕਮ ਜਿਹੜੀ ਹੈ ਇੰਡੀਅਨ ਗਵਰਨਮੈਂਟ ਦੀ 10 ਸਾਲਾਂ ਚ ਔਸਤਨ 0.5% ਘਟੀ ਹੈ। ਧਾਰਨੀ ਜੀ ਨੇ ਬੜੇ ਆਰਾਮ ਨਾਲ ਕਿਹਾ 0.25%, 0.25 ਮਤਲਬ 0.25। ਅਸੀਂ ਵਿਜ਼ਨ ਕੀ ਹੈ, ਪਹਿਲਾਂ ਇਹਨਾਂ ਦੇ ਵੇਲੇ 7% 6% ਆਮਦਨ ਸੀ ਸਰਕਾਰ ਦੀ, ਹੁਣ 13% ਤੇ ਹੈ। ਐਗਜ਼ਿਸਟਿੰਗ ਸਕੀਮ, ਬਿਲਕੁਲ ਸਹੀ ਕਿਹਾ, ਐਗਜ਼ਿਸਟਿੰਗ ਸਕੀਮਾਂ ਨਾਲ, ਬਿਨਾਂ ਨਵੇਂ ਬਜਟ ਨਾਲ ਲੀਕੇਜਸ ਰੋਕ ਕੇ, ਚੋਰੀ ਰੋਕ ਕੇ, 8% ਟੋਕਣ ਦੀ ਆਹ ਚ ਸੰਘ ਸਿਖਾਈ ਜਾਂਦੀ ਨਾ ਕਿ ਜੇ ਸਾਹਮਣੇ ਵਾਲਾ ਤਰਕ ਨਾਲ ਗੱਲ ਕਰ ਰਿਹਾ ਉਹਨੂੰ ਟੋਕੋ, ਉਹ ਪਲੀਜ਼ ਇੱਥੇ ਨਾ ਵਰਤੋ, ਇਹ ਪੰਜਾਬ ਹੈ, ਪਹਿਲੀ ਗੱਲ। ਦੂਜੀ ਗੱਲ, ਜਦੋਂ 5% ਇਨਕਮ ਵੱਧ ਗਈ ਟੈਕਸ ਤੋਂ ਸਰਕਾਰ ਦੀ, ਹੋਰ ਅਸੀਂ ਨੈੱਟ ਵਧਾ ਰਹੇ ਹਾਂ, ਰਜਿਸਟਰੀਆਂ ਬਦਲ ਰਹੇ ਹਾਂ, ਜਿਹੜੀ ਲੈਂਡ ਦੀ ਯੂਜ਼ ਹੈ, ਜਿਹੜੀ ਸਟੇਟ ਗਵਰਨਮੈਂਟ ਦੀ ਸਰਕਾਰ ਦੀਆਂ ਆਮਦਨ ਉਹਨੂੰ ਵਧਾ, ਇਹ ਤਾਂ ਇਲੀਗਲ ਕਲੋਨੀਆਂ ਕੱਟ ਕੱਟ ਕੇ ਅਸੀਂ ਤਾਂ ਦੇਈ ਜਾਂਦੇ ਸੀ, ਜਿਹੜੀਆਂ ਨਵੀਆਂ ਰਜਿਸਟਰੀਆਂ, ਨਵੇਂ ਸਟਾਂਪ ਪੇਪਰ ਆਉਣਗੇ ਉਹਦੇ ਨਾਲ ਆਮਦਨ ਵਧੂਗੀ। ਮੈਂ ਧਾਲੀਵਾਲ ਸਾਹਿਬ ਤੁਹਾਡੇ ਕੋਲ ਹੀ ਆਵਾਂਗਾ।
ਮੇਰਾ 10 ਸੈਕਿੰਡ ਇਹ ਹੈ ਕਿ ਨਿੱਕਰਾਂ ਵਾਲੇ ਜਿਹੜੇ ਆ ਨਾ ਅਗਲੇ ਨੂੰ ਗੱਲ ਕਰਨ ਦੇ ਭਲਾਈ ਮੇਰੇ ਵਰਗੇ ਬਥੇਰੇ ਐਸੇ ਹੁੰਦੇ ਨੇ ਜਿਹਨਾਂ ਦੇ ਉੱਤੋਂ ਲੰਘ ਜਾਂਦਾ ਕਿ ਪਤਾ ਨਹੀਂ ਲੱਗਿਆ ਕਿ ਬਜਟ ਚ ਹੋਇਆ ਗਿਆ। ਇਸ ਕਰਕੇ ਡਿਬੇਟ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ। ਵੇਟ ਕਰਿਓ ਗੌਰਵ ਜੀ, ਮੈਂ ਦੱਸਦਾ। ਧਾਲੀਵਾਲ ਜੀ ਇੱਕ ਸੈਕਿੰਡ, ਤੁਸੀਂ ਭਲਾਈ ਸਕੀਮਾਂ ਦਾ ਲਗਾਤਾਰ ਜ਼ਿਕਰ ਕਰ ਰਹੇ ਹੋ, ਸਰਕਾਰ ਦੇ ਨੁਮਾਇੰਦੇ ਬੈਠੇ ਨੇ ਉਹ ਸਕੂਲਾਂ ਦਾ ਜ਼ਿਕਰ ਕਰ ਦਿੰਦੇ ਨੇ, ਉਹ ਕਹਿੰਦੇ ਜੇ ਸਕੂਲਾਂ ਦੇ ਵਿੱਚ ਕੋਈ ਹੋ ਰਿਹਾ ਹੈ, ਜੇ ਬਿਜਲੀ ਫ੍ਰੀ ਹੋ ਰਹੀ ਹੈ ਤੇ ਭਲਾਈ ਦੀਆਂ ਸਕੀਮਾਂ ਨੇ, ਨਹੀਂ ਹੈਗੀਆਂ ਭਲਾਈ ਦੀਆਂ ਸਕੀਮਾਂ? ਗੌਰਵ ਜੀ, ਆਪਾਂ ਸਾਰੇ ਜਾਣਦੇ ਹਾਂ ਵੀ ਸਕੂਲ ਜਿਹੜੇ ਹੈਗੇ ਆ ਉਹ ਕਿਹਨਾਂ ਨੇ ਪਹਿਲਾਂ ਉਦਘਾਟਨ ਕੀਤੇ ਸੀ, ਕਿੱਥੋਂ ਫੰਡ ਆਏ ਸੀ, ਉਹ ਮੈਂ ਵਾਰ ਵਾਰ ਸਮਾਂ ਵੇਸਟ ਨਹੀਂ ਕਰਦਾ। ਉਹੀ ਬਜਟ ਆ, ਖੇਤੀ ਦਾ 1000 ਕਰੋੜ ਦਾ ਬਜਟ ਬਹੁਤ ਵੱਡੀ ਅਮਾਉਂਟ ਹੈ। ਮੇਰੀ ਗੱਲ ਸੁਣੋ, ਖੇਤੀ ਚ 9500 ਬਜਟ ਪਹਿਲਾਂ ਸੀ, 9500 ਦੀ ਚੀਜ਼ ਨੀ ਹੁਣ ਮਾਫ ਹੈ। ਐਕਸਟਰਾ ਉਹ ਐਮਐਸਪੀ ਮੰਗੀ ਜਾਂਦੇ ਆ, ਉਹ ਬੈਠੇ ਆ ਬਾਰਡਰਾਂ ਤੇ ਅਗਲੇ, ਉਹਨਾਂ ਨੇ ਮਾਰਦੇ ਲਈ ਪ੍ਰਬੰਧ ਕੋਈ ਨੀ। ਤੁਸੀਂ ਇੱਕ ਸਕੀਮ ਦੱਸ ਦਿਓ ਨਾ ਜਿਹੜੀ ਪੰਜਾਬ ਸਰਕਾਰ ਦੇ ਬਜਟ ਤੋਂ ਲੋਕਾਂ ਦੀ ਭਲਾਈ ਦੀ ਤੁਸੀਂ ਸ਼ੁਰੂ ਕੀਤੀ ਹੈ। ਪਹਿਲਾਂ 5 ਕਹੀਆਂ ਸੀ, ਇਹਨਾਂ ਨੂੰ 1 ਨਹੀਂ ਕਰਾਈ ਗਈ। ਉਹ ਜਿਹੜੇ ਪਿੰਡਾਂ ਵਾਲੇ ਵੱਡੀ ਜਾਂਦੇ ਆ, ਉਹਨਾਂ ਦੇ ਵਿੱਚ ਫੰਡ ਜਾਈ ਜਾਂਦੇ ਆ, ਉਹੀ ਬਜਟ ਹੈ, ਉਹੀ ਕੁਛ ਹੈ। ਜੀ ਠੀਕ ਹੈ, ਬੋਲੇ ਹੁਣ ਠੀਕ ਹੈ। ਇੱਕ ਛੋਟਾ ਛੋਟਾ ਜਵਾਬ ਰੱਖਿਓ, ਧਾਰਨੀ ਜੀ ਵੇਟ ਕਰ ਰਹੇ ਨੇ, ਇਨਫੈਕਟ ਸੰਧੂ ਸਾਹਿਬ ਵੇਟ ਕਰ ਰਹੇ ਨੇ। ਅਹਿਬਾਬ ਜੀ ਬਹੁਤ ਛੋਟਾ ਜਿਹਾ ਜਵਾਬ ਹੈ, ਛੋਟਾ ਜਿਹਾ ਕਮੈਂਟ ਹੈ ਕਿ 5 ਰਿਵਰਸ ਨਾਮ ਦਾ ਬ੍ਰਾਂਡ ਲਾਂਚ ਹੋਇਆ ਜਿਹਦੇ ਚ ਪੰਜਾਬ ਦੀ ਖੇਤੀਬਾੜੀ ਦੀ ਡਾਇਵਰਸਿਫਿਕੇਸ਼ਨ ਨੂੰ ਵੇਚ ਰਿਹਾ ਪੰਜਾਬ ਐਗਰੋ। ਇੱਕ ਸਕੀਮ, ਦੂਜੀ ਸਕੀਮ ਸਕੂਲ ਖੁੱਲ ਰਹੇ ਨੇ, ਸਕੂਲ ਆਫ ਐਮਨੈਂਸ, ਤੀਜੀ ਸਕੀਮ ਮਹੱਲਾ ਕਲੀਨਿਕ ਖੁੱਲ ਰਹੇ ਨੇ, ਚੌਥੀ ਸਕੀਮ ਹੁਣ ਹਾਸਪਿਟਲ ਅਪਗ੍ਰੇਡ ਕਰ ਰਹੇ ਨੇ। ਆਪਣੀ ਦੋਵਾਂ ਨੇ ਗੱਲ ਰੱਖੀ ਹੈ, ਥੋੜੇ ਜਿਹਾ ਵੇਟ ਕਰੋ, ਇੰਤਜ਼ਾਰ ਕਰਿਓ, ਆਪਾਂ ਬਾਕੀ ਮਹਿਮਾਨਾਂ ਦਾ ਰੁਕ ਕਰੀਏ। ਸੰਧੂ ਸਾਹਿਬ, ਦੇਖੋ ਕਰਜ਼ੇ ਦਾ ਵਾਰ ਵਾਰ ਜ਼ਿਕਰ ਹੁੰਦਾ, ਪਰ ਗੱਲ ਇਹ ਹੈ ਕਿ ਕਰਜ਼ਾ ਜਿਹੜਾ ਬੱਚਾ ਜੰਮਦਾ, ਧਾਰਨੀ ਸਾਹਿਬ ਨੇ ਵੀ ਜ਼ਿਕਰ ਕਰ ਦਿੱਤਾ ਕਿ ਕਰਜ਼ਾ ਬਹੁਤ ਹੈ ਉਸ ਦੇ ਉੱਤੇ, ਪਰ ਇਹ ਕਰਜ਼ਾ ਪਿਛਲੇ ਕਈ ਦਹਾਕਿਆਂ ਤੋਂ, ਇਨਫੈਕਟ 1.5-2 ਦਹਾਕੇ ਤਾਂ ਆਪਾਂ ਸਾਰੇ ਸਮਝਦੇ ਹਾਂ ਕਿ ਉਹ ਕਰਜ਼ਾ ਲਗਾਤਾਰ ਵਧਿਆ ਹੈ। ਤੁਹਾਡੇ ਚਿਦੰਬਰਮ ਜੀ ਦਾ ਜ਼ਿਕਰ ਕਰ ਦਿੱਤਾ, ਅਹਿਬਾਬ ਗਰੇਵਾਲ ਜੀ ਨੇ ਕਹਿੰਦੇ ਕਿ ਬਿਨਾਂ ਸਰਕਾਰਾਂ ਬਿਨਾਂ ਡੈਟ ਤੋਂ ਚੱਲ ਹੀ ਨਹੀਂ ਸਕਦੀਆਂ, ਉਹ ਪੁਆਇੰਟ। ਅਤੇ ਦੂਜਾ, ਇਹ ਜਿਹੜੀਆਂ ਭਲਾਈ ਸਕੀਮਾਂ, ਲੋਕ ਭਲਾਈ ਸਕੀਮਾਂ ਦਾ ਜ਼ਿਕਰ ਹੋ ਰਿਹਾ, ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਜੋ ਦਾਅਵੇ ਕੀਤੇ ਜਾ ਰਹੇ ਨੇ ਗਰੇਵਾਲ ਸਾਹਿਬ ਦੇ ਵੱਲੋਂ, ਉਸ ਦੇ ਵਿੱਚ ਕੋਈ ਦਮ ਹੈ? ਜੇ ਤੁਹਾਨੂੰ ਦਮ ਨਜ਼ਰ ਨਹੀਂ ਆ ਰਿਹਾ ਤਾਂ ਦੱਸੋ ਨਾ ਕਿਉਂ, ਲੋਕਾਂ ਨੂੰ ਪਤਾ ਲੱਗੇ ਕਿ ਜੇ ਸਕੂਲ ਜਾਂ ਖੇਤੀਬਾੜੀ ਜਾਂ ਐਜੂਕੇਸ਼ਨ ਜਾਂ ਹੈਲਥ ਦੇ ਲਈ ਉਹ ਦਾਅਵੇ ਕਰ ਰਹੇ ਨੇ, ਤਾਂ ਉਸ ਦੇ ਵਿੱਚ ਤੁਹਾਨੂੰ ਕਿਹੜੀ ਕੁੰਡੀ ਨਜ਼ਰ ਆ ਰਹੀ ਹੈ? ਬਿਲਕੁਲ ਬਿਲਕੁਲ ਗੌਰਵ ਜੀ, ਮੈਂ ਇੱਕ ਇੱਕ ਚੀਜ਼ ਦੱਸਦਾ, ਪਲੀਜ਼ ਹੁਣ ਕੋਈ ਇੰਟਰਪਟ ਨਾ ਕਰਿਓ। ਦੇਖੋ ਗੱਲ ਆ ਵੀ ਕੱਲ੍ਹ ਸੀਐਮ ਸਾਹਿਬ ਨਾਲ ਸਾਡੇ ਰੰਗਲਾ ਪੰਜਾਬ ਪੇਸ਼ ਕਰ ਰਹੇ ਸੀ, ਬਜਟ ਪੇਸ਼ ਕਰ ਰਹੇ ਸੀ, ਖੇਡ ਤੇ ਅਸਲ 'ਚ ਤਾਲਾ ਚਾਬੀ ਰਹੇ ਸੀ, ਹੋਰ ਕੁਛ ਨਹੀਂ ਸੀ ਕਰ ਰਹੇ। ਅਤੇ ਬਾਹਰ ਤੁਸੀਂ ਵੇਖਿਆ ਦਿਨ ਦਿਹਾੜੇ ਕਤਲ ਹੋ ਰਹੇ ਸੀ, ਕੋਈ ਜਰਲੀ ਦਵਾਈ ਪੀ ਕੇ ਮਰ ਰਿਹਾ ਸੀ, ਕੋਈ ਫਾਹੇ ਮਰ ਰਿਹਾ ਸੀ, ਕੋਈ ਟੈਂਕੀਆਂ 'ਤੇ ਚੜਿਆ ਸੀ। ਇਹ ਸਾਡਾ ਬੇਸਿਕਲੀ ਜਿਹੜਾ ਰੰਗਲਾ ਪੰਜਾਬ ਆ ਸੀ। ਗੌਰਵ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਦੇਖੋ ਬਿਲਕੁਲ ਠੀਕ ਹੈ, 24-25 ਦੇ ਵਿੱਚ 3,57,00,000 ਤੇ 6,600 ਦਾ ਘਾਟਾ ਹੈ, ਕੋਈ ਸ਼ੱਕ ਨਹੀਂ। ਇਹ ਪਿੱਛੇ ਦਿਨਾਂ 'ਚ ਮੈਂ ਵੇਖ ਰਿਹਾ ਲਗਾਤਾਰ ਹਰ ਸਾਲ ਵੱਧਦਾ ਹੈ। ਚਿਦੰਬਰ ਜੀ ਦੇ ਬਿਲਕੁਲ ਗੱਲ ਠੀਕ ਹੀ ਸੀ, ਕਿਉਂ ਹਰ ਸਾਲ ਤੁਹਾਡੀ ਇਨਫਰਾਸਟ੍ਰਕਚਰ ਦੇ ਵਿੱਚ ਵਾਧਾ ਹੋਈ ਜਾਂਦਾ ਹੈ, ਤੁਹਾਨੂੰ ਖਰਚੇ ਹੋਰ ਕਰਨੇ ਪੈਂਦੇ, ਤੁਹਾਨੂੰ ਕਰਜ਼ ਜ਼ਿਆਦਾ ਲੈਣਾ ਪੈਂਦਾ, ਜਾਂ ਤਾਂ ਤੁਸੀਂ ਆਪਣੇ ਸੋਰਸ ਵਧਾਓ, ਇਹ ਨਹੀਂ ਵਧਾ ਸਕੇ। ਇਹ ਕਹਿੰਦੇ ਅਸੀਂ ਵਧਾਵਾਂਗੇ, ਦੇਖੋ ਕੁੱਲ ਪ੍ਰਾਪਤੀਆਂ ਦਾ 23% ਜਿਹੜਾ ਕਰਜ਼ੇ ਦਾ ਵਿਆਜ 'ਚ ਚਲਾ ਜਾਣਾ, ਪਹਿਲੀ ਗੱਲ। 57.6% ਤਨਖਾਹਾਂ ਅਤੇ ਪੈਨਸ਼ਨਾਂ ਚਲੇ ਜਾਣਾ। ਹੁਣ ਇਸੇ ਤਰ੍ਹਾਂ 25.14% ਜਿਹੜੀ ਫ੍ਰੀ ਦੀ ਸਬਸਿਡੀ ਬਿਜਲੀ ਦਿੰਦੀ ਉਹ ਚੱਲ ਜਾਣਾ, ਬਚਿਆ ਕਿੰਨਾ,
3%, ਉਹ ਤੇ ਇਹਨਾਂ ਦੀ ਐਡਵਰਟਾਈਜ਼ਮੈਂਟ ਤੇ ਮਸ਼ਹੂਰੀਆਂ ਚੱਲ ਜਾਣਾ, ਪੰਜਾਬ ਕਿੱਥੋਂ ਚੱਲੂਗਾ? ਦੇਖੋ ਪੰਜਾਬ ਕਿੱਥੋਂ ਚੱਲੂਗਾ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੁਣ ਗੌਰਵ ਜੀ, ਇਹ ਵੇਖੋ ਇਹਨਾਂ ਨੇ ਗੱਲ ਬੜੀ ਕੀਤੀ ਕਾਨੂੰਨ ਤੇ ਨਿਆਂ ਦੀ, ਸਿੱਖਿਆ ਦੀ, ਖੇਤੀਬਾੜੀ ਦੀ ਤੇ ਸਿਹਤ ਦੀ, ਬਾਕੀ ਬੜੀਆਂ ਚੀਜ਼ਾਂ ਨੇ, ਬਹੁਤ ਚੀਜ਼ਾਂ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਮੈਂ ਬਾਰ ਬਾਰ ਰਿਪੀਟ ਨਹੀਂ ਕਰਨਾ। ਸਿੱਖਿਆ ਲਈ ਨਾ ਇਹਨਾਂ ਨੇ 16,987 ਕਰੋੜ ਰੁਪਈਆ ਰੱਖਿਆ, ਬਜਟ ਦਾ 11.5% ਹੈ, ਤੇ ਸਿੱਖਿਆ ਵਿੱਚ ਮੇਨ ਕੀ ਹੈ ਜੀ, 100 ਕਰੋੜ ਸਕੂਲ ਆਫ ਐਮੀਨੈਂਸ ਵਾਸਤੇ। ਮੈਂ ਇਹਨਾਂ ਦੀ ਨਾ ਪੋਲ ਖੋਲੀ ਸੀ ਤੁਹਾਡੇ ਚੈਨਲ ਦੇ ਉੱਤੇ, ਇਹਨਾਂ ਨੇ ਸਕੂਲ ਆਫ ਐਮੀਨੈਂਸ ਦਾ ਜਦੋਂ ਉਦਘਾਟਨ ਕੀਤਾ ਸੀ ਨਾ ਇੱਥੇ ਛਾਟੇ ਦੇ ਵਿੱਚ, ਉਹ ਸਕੂਲ ਸਾਡੇ ਕਾਂਗਰਸ ਦੀ ਦੇਣ ਸੀ, ਸਤਪਾਲ ਡਾਂਗ ਜੀ ਪਹਿਲਾਂ ਕਾਮਰੇਡ ਸੀ, ਉਹਨਾਂ ਨੇ ਬਣਾਇਆ ਸੀ। ਮੈਂ ਬਾਰ ਬਾਰ ਕੀ ਕਹਾਂ, ਮੈਂ ਘੱਟੋ ਘੱਟ 10 ਸਕੂਲ ਬਣਾ ਦਿੰਦਾ, ਮੇਨ ਬਾਰੇ ਪੂਰੇ ਚਲ ਜਾਓ, ਤੁਸੀਂ ਝਬਾਲ ਲੱਗੇ ਪਿੰਡ ਚਲ ਜਾਓ, ਤੁਸੀਂ ਜੰਡਿਆਲੇ ਚਲ ਜਾਓ, ਸਾਡੇ ਮਾਲ ਰੋਡ ਸਕੂਲ ਚਲ ਜਾਓ। ਹੁਣ ਤੁਸੀਂ ਸੋਚੋ ਵੀ ਇੱਕ ਇੱਕ ਸਕੂਲ ਤੇ ਕਿੰਨਾ ਕਿੰਨਾ ਪੈਸਾ ਲੱਗ ਗਿਆ ਹੋਊਗਾ। ਨੋਟ ਈਵਨ ਆ ਸਿੰਗਲ ਬਿਲਡਿੰਗ ਇਹਨਾਂ ਨੇ ਸਕੂਲ ਆਫ ਐਮੀਨੈਂਸ ਦੀ ਬਣਾਈ, ਤੇ ਨਾ ਹੀ ਇਹਨਾਂ ਨੇ ਕੋਈ ਮੁਹੱਲਾ ਕਲੀਨਿਕ ਨਵਾਂ ਬਣਾਇਆ, ਸਾਰਿਆਂ ਦੇ ਰੰਗ ਰੋਗ ਨੇ ਕੂਚੀਆਂ ਕਰਕੇ, ਮਸ਼ਹੂਰੀਆਂ ਕਰਕੇ ਤੇ ਇਹ ਆ ਗਏ। ਗੌਰਵ ਜੀ, ਇਹ ਇਨਫਰਾਸਟ੍ਰਕਚਰ ਨਹੀਂ ਗਾ, ਇਹ ਬੁਨਿਆਦੀ ਸਹੂਲਤਾਂ ਨੇ ਬੇਸਿਕਲੀ, ਪਰ ਇਹਨਾਂ ਦੇ ਤੁਸੀਂ ਬਜਟ ਰੱਖ ਲਿਆ। ਅੱਛਾ, ਕਾਨੂੰਨ ਤੇ ਨਿਆਂ ਲਈ ਤੁਸੀਂ 10,523 ਕਰੋੜ ਰੁਪਏ ਰੱਖਤੇ, ਉਹ ਬਈ ਜੇਲ੍ਹਾਂ 'ਚ ਤੁਹਾਡੇ 50-50 ਮੋਬਾਈਲ ਰੋਜ਼ ਫੜੀ ਜਾਂਦੇ, ਤੁਸੀਂ ਤਾਲਾ ਉੱਥੇ ਲਾਓ ਸੀ ਐਮ ਸਾਹਿਬ, ਤਾਲਾ ਜੇਲ੍ਹਾਂ ਨੂੰ ਲਾਓ, ਤਾਂ ਕਿ ਗਲਤ ਪੁਰਾਣੇ ਰੱਦੀ ਪਏ ਕਮਰਿਆਂ ਨੂੰ ਜਿੱਥੇ ਨਸ਼ੇੜੀ ਬੈਠਦੇ ਸੀ, ਕਲੀਨਿਕ ਬਣਾ ਤੇ ਕੀ ਮਾੜਾ ਕੀਤਾ ਜੀ? ਜੇ ਤੁਹਾਡਾ ਤਾਂ ਰਿਵਾਜ਼ ਨਹੀਂ ਸੀ, ਨਵੀਂ ਜਗ੍ਹਾ ਲਓ, ਨਵੀਂ ਬਿਲਡਿੰਗ ਬਣਾਓ, ਨਵੇਂ ਠੇਕੇਦਾਰ ਲਿਆਓ, ਸਾਰਾ ਕੁਛ ਕਰੋ। ਅੱਜ ਸੰਧੂ ਸਾਹਿਬ ਪਲੀਜ਼ ਦੇਖੋ, ਮੈਂ ਬੇਨਤੀ ਕੀਤੀ ਸੀ, ਤੁਸੀਂ ਇਹਨਾਂ ਵਾਲੀ ਬਿਮਾਰੀ ਨਾ ਪਾਓ, ਤੁਸੀਂ ਇਹਨਾਂ ਅਰਗੇ ਨਹੀਂ ਹੈਗੇ, ਪਹਿਲੀ ਗੱਲ। ਦੂਜੀ ਗੱਲ, ਅੱਜ ਜਾਓ ਓਲੰਪਿਕ ਸਾਈਜ਼ ਸਵਿਮਿੰਗ ਪੂਲ ਆ, ਮੈਂ ਗਿਆ ਇੰਦਰਪੁਰਿਆ ਲੁਧਿਆਣੇ, ਵਰਧਮਾਨ ਦੇ ਕੋਲ ਸਕੂਲ ਆਫ ਐਮੀਨੈਂਸ ਖੁੱਲਿਆ, ਇੱਕ ਪ੍ਰਾਈਵੇਟ ਸਕੂਲ ਲੁਧਿਆਣੇ ਦਾ ਇਹਦੇ ਬਰਾਬਰ ਨਹੀਂ ਹੈਗਾ। ਮੈਂ ਤੁਹਾਨੂੰ ਚੈਲੰਜ ਕਰਕੇ ਕਹਿਣਾ, ਵਿਜ਼ਨ ਦੀ ਗੱਲ ਕਰਦੇ ਹੋ, ਵਿਜ਼ਨ ਦੀ ਗੱਲ ਇਹ ਹੈ ਕਿ ਪੰਜਾਬ ਚ ਅੱਛਾ ਇਨਵੈਸਟਮੈਂਟ ਨਹੀਂ ਆਈ, ਟਾਟਾ ਸਟੀਲ ਦਾ ਸਭ ਤੋਂ ਵੱਡਾ ਪਲਾਂਟ ਆ ਰਿਹਾ, 65,000 ਕਰੋੜ ਦੀ ਇਨਵੈਸਟਮੈਂਟ ਵੈਲਿਡ 2 ਸਾਲਾਂ ਚ ਆ ਗਈ। ਸੋ ਬੇਸਿਕਲੀ ਸਰ, ਗੱਲ ਇਹ ਹੈ, ਬਜਟ ਕੀ ਹੁੰਦਾ ਆਮ ਭਾਸ਼ਾ ਚ, ਕਿੰਨੇ ਪੈਸੇ ਸਾਡੇ ਕੋਲ ਆਉਂਦੇ ਆ, ਕਿੰਨੇ ਅਸੀਂ ਖਰਚਦੇ ਹਾਂ, ਘਰ ਦੀ ਗ੍ਰਹਿਣੀ ਖਰਚਦੀ ਹੈ ਜੀ, ਘਰ ਦੀ ਗ੍ਰਹਿਣੀ ਬਚਾਉਂਦੀ ਆ। ਭੈਣਾਂ ਨੂੰ ਕਹਿਣਾ ਚਾਹੁੰਦਾ, ਤੁਹਾਡੇ ਬੱਚਿਆਂ ਦੀ ਸਿੱਖਿਆ, ਤੁਹਾਡੀ ਹੈਲਥ, ਤੁਹਾਡੇ ਪਰਿਵਾਰ ਦੀ ਹੈਲਥ, ਤੁਹਾਡੀ ਬਿਜਲੀ, ਤੁਹਾਡੇ ਪੰਜਾਬ ਦੇ ਲੋਕ ਸਮਝਣ ਕਿ ਅੱਜ ਦਾ ਬਜਟ ਕੰਪਲੀਟਲੀ ਫੋਕਸਡ ਸੀ ਖਾਸ ਤੌਰ ਤੇ ਐਗਰੀ, ਐਜੂਕੇਸ਼ਨ ਤੇ ਹੈਲਥ ਦੇ ਉੱਤੇ, ਕਲੀਅਰ, ਐਂਡ ਵਾਟਰ ਕੰਜ਼ਰਵੇਸ਼ਨ ਐਂਡ ਇੰਡਸਟਰੀ। ਬਹੁਤ ਘੱਟ ਹੁੰਦਾ ਹੈ, ਤੁਸੀਂ ਉਸਨੂੰ ਬੜਾ ਵਧਾ ਚੜਾ ਕੇ ਦੱਸ ਰਹੇ ਹੋ। ਅੱਛਾ, ਮੈਂ 2 ਲੱਖ ਕਰੋੜ ਕਿਹਾ ਸੀ, ਉਹ ਧਾਲੀਵਾਲ ਸਾਹਿਬ ਨੂੰ ਲੱਗਿਆ ਕਿ ਬਹੁਤ ਵਧਾ ਚੜਾ ਕੇ ਦੱਸ ਦਿੱਤਾ, ਕਿ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਵੱਡੀਆਂ ਹੋਈਆਂ, ਜਾਂ ਫਿਰ ਖਾਸ ਤੌਰ ਤੇ ਮੈਂ ਐਜੂਕੇਸ਼ਨ ਦਾ ਜ਼ਿਕਰ ਕਰਾਂ, ਕਿ ਜੇ 16,000 ਕਰੋੜ ਰੁਪਇਆ ਪੰਜਾਬ ਦੇ ਸਕੂਲਾਂ ਤੱਕ, ਪੂਰੇ ਐਜੂਕੇਸ਼ਨ ਸਿਸਟਮ ਤੱਕ ਪਹੁੰਚਿਆ, ਤਾਂ ਤੁਹਾਨੂੰ ਲੱਗਦਾ ਕਿ ਕੋਈ ਬਦਲਾਅ ਹੋ ਸਕਦਾ ਪੰਜਾਬ ਦੇ ਪੂਰੇ ਇਸ ਸਿੱਖਿਆ ਢਾਂਚੇ ਦਾ?
ਦੇਖੋ ਗੌਰਵ, ਇਹ ਗੱਲਾਂ ਜਿਹੜੀਆਂ ਨਾ ਇਹ ਕਮਾ ਫਰਾ ਕੇ ਇੱਧਰ ਉੱਧਰ ਦੀਆਂ ਕਰ ਰਹੇ ਆ। ਮੈਂ ਮਤਲਬ ਕੇਂਦਰਿਤ ਰਹਿਣਾ ਚਾਹੁੰਦਾ ਇਕੱਲੇ ਬਜਟ ਤੇ। ਠੀਕ ਹੈ, ਦੇਖੋ ਬਜਟ ਦੀ ਜਦੋਂ ਤੁਸੀਂ ਗੱਲ ਕਰਦੇ ਆ, ਇਹਨਾਂ ਨੇ ਬੜਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਵਿਜ਼ਨ ਦੀ ਗੱਲ ਕੀਤੀ, ਤਾਂ ਵਿਜ਼ਨ ਦੀ ਗੱਲ ਜਦੋਂ ਆਪਾਂ ਕਰਦੇ ਹੈਗੇ ਆ ਨਾ, ਮੈਂ ਜਿਵੇਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਰਿਆ ਸੀ ਕਿ ਤੁਹਾਡੀ ਇਨਕਮ ਕੀ ਹੈਗੀ ਆ, ਉਹਨੂੰ ਜਨਰੇਟ ਕਰਨ ਦਾ ਤਰੀਕਾ ਕੀ ਹੈਗਾ। ਜੇ ਉਹ ਜਨਰੇਟ ਤੁਸੀਂ ਕਰਨੀ ਹੈਗੀ ਹੈ ਤਾਂ ਤੁਸੀਂ ਕਿਹੜੇ ਕਿਹੜੇ ਸੋਰਸਿਸ ਤੋਂ, ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਟਾਟਾ ਸਟੀਲ ਦੀ ਗੱਲ ਕੀਤੀ ਆ, ਉਹ ਇਨ ਫਿਊਚਰ ਹੈਗਾ, ਬਾਕੀ ਜਿੰਨੀ ਇੰਡਸਟਰੀ ਸੀ ਉਰੇ ਤੋਂ ਪਲਾਨ ਕਰ ਗਈ, ਉਰੇ ਕੋਈ ਇੰਡਸਟਰੀ ਨਹੀਂ ਆਈ। ਜਿਹੜੀ ਇਨਕਮ ਇਹਨਾਂ ਨੇ ਸ਼ਰਾਬ ਤੋਂ ਲਿਆਉਣੀ ਸੀ ਉਹ ਦਿੱਲੀ ਦੇ ਵਿੱਚ ਫਲੋਪ ਹੋ ਗਈ, ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਠੇਕੇ ਵੀ ਨਹੀਂ ਜਿਹੜੇ ਹੈਗੇ ਆ, ਈਵਨ ਉਹਦੇ ਤੇ ਚੜੇ ਜੀ ਠੇਕਿਆਂ ਤੇ ਕੰਟਰੈਕਟ ਤੇ। ਔਰ ਤੀਜੀ ਗੱਲ ਜਿਹੜੀ ਗੱਲ ਏ, ਦੇਖੋ ਟੈਕਸ ਕਿਵੇਂ ਹੁੰਦਾ, ਟੈਕਸ ਦੀ ਗੱਲ ਇਹ ਬੜਾ ਇਸ ਚੀਜ਼ ਨੂੰ ਦਿਖਾ ਰਹੇ ਹੈ ਕਿ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ। ਗੌਰਵ ਦੇਖੋ ਟੈਕਸ ਕੀ ਹੈ, ਇਹ ਤਾਂ ਪਬਲਿਕ ਕੰਟਰੀਬਿਊਸ਼ਨ ਹੈਗੀ ਹੈ, ਪਰ ਪਬਲਿਕ ਕੰਟਰੀਬਿਊਸ਼ਨ ਕਦੋਂ ਹੈਗੀ ਹੈ, ਪਬਲਿਕ ਕੰਟਰੀਬਿਊਸ਼ਨ ਉਦੋਂ ਹੈਗੀ ਹੈ ਜਦੋਂ ਪਬਲਿਕ ਖੁਸ਼ਹਾਲ ਹੈਗੀ ਹੈ। ਜਦੋਂ ਪਬਲਿਕ ਖੁਸ਼ਹਾਲ ਨਹੀਂ ਹੈਗੀ, ਪਬਲਿਕ ਤਾਂ ਸਾਰੀ ਦੀ ਸਾਰੀ ਡੈਟ ਤੇ ਜਾ ਰਹੀ ਹੈਗੀ ਹੈ, ਕੱਲੇ ਕੱਲੇ ਕਿਸਾਨ ਦੇ ਉੱਤੇ ਕਿੰਨਾ ਕਰਜ਼ਾ ਹੈਗਾ। ਇਹ ਜਦੋਂ ਗੱਲਾਂ ਕਰਦੇ ਹੈਗੇ ਆ, ਜਦੋਂ ਇਹਨਾਂ ਨੇ ਫਿਰ ਕਿਸਾਨਾਂ ਬਾਰੇ ਗੱਲ ਕਰਨੀ ਹੈਗੀ ਹੈ ਤਾਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਨੀ ਹੈਗੀ ਆ, ਕਿਸਾਨਾਂ ਨੂੰ ਕਰਜ਼ੇ ਚੋਂ ਕਿਵੇਂ ਕੱਢਣਾ, ਕਿਸਾਨਾਂ ਦੀ MSP ਤੇ ਕੀ ਕਰਨਾ ਹੈਗਾ, ਇਹਨਾਂ ਨੇ ਜਿਹੜੇ ਓਲਡ ਪੈਨਸ਼ਨ ਸਕੀਮ ਹੈਗੀ ਹੈ ਉਹਦੇ ਵਾਸਤੇ ਪੈਸੇ ਕਿੱਥੇ ਤੋਂ ਲਿਆਉਣੇ ਹੈਗੇ। ਤੁਸੀਂ ਦੱਸੋ ਕਿ ਇੰਨਾ ਖੁਸ਼ਹਾਲ ਸੂਬਾ ਹੈ ਸਾਡਾ ਕਿ ਜਿਹੜੇ ਪਿਛਲੀ ਵਾਰ ਪੈਸੇ ਅਲੋਟ ਕੀਤੇ ਗਏ ਸੀ ਉਹ ਇਹਨਾਂ ਨੇ ਆਰਡਰ ਕਰਕੇ ਨੋਟੀਫਾਈ ਕਰਕੇ ਉਹ ਵਾਪਸ ਮੰਗਾ ਲਏ, ਗੌਰਵ ਇਹ ਨੀ ਹੁੰਦਾ ਹੈਗਾ। ਖਰਚੇ ਕਰਨ ਵਾਸਤੇ ਫਿਰ ਅਲੋਟਮੈਂਟ ਵੀ ਤਾਂ ਚਾਹੀਦੀ ਹੈ, ਜਦੋਂ ਤੁਹਾਡੇ ਦਸਖਤ ਵੀਡੀਓ ਨੇ ਪਰਮਿਸ਼ਨਾਂ ਨੀ ਦੇਣੀਆਂ ਹੈਗੀਆਂ, ਕੁਛ ਨੀ ਕਰਨਾ। ਸਵਾਲ ਇਹ ਹੈਗਾ ਕਿ ਬੜਾ ਇੱਕ ਸਕੀਮ ਦੇ ਤਹਿਤ ਸਾਰਾ ਕੁਛ ਕਰਿਆ ਗਿਆ ਸੀ, ਹਾਲਾਤ ਇਹ ਹੈਗੇ ਆ। ਗੌਰਵ ਤੁਸੀਂ ਜਿਹੜਾ ਹੈਗਾ ਮੇਰੇ ਏਰੀਏ ਨੂੰ ਬਿਲੋਂਗ ਕਰਦੇ ਆ, ਇਸ ਵਾਰ ਪਹਿਲੀ ਵਾਰ ਹੈ ਕਿ ਫਤਿਹਗੜ੍ਹ ਸਾਹਿਬ ਨੂੰ ਜਿਹੜੀ ਜਾਣ ਵਾਲੀ ਸੜਕ ਹੈਗੀ ਆ ਸਿੰਘ ਸਭਾ ਦੇ ਮੇਲੇ ਦੇ ਵਿੱਚ ਪੱਟ ਦਿੱਤੀ ਗਈ ਸੀ, ਉਹਦੇ ਤੇ ਰੀਕਾਰਪੈਟਿੰਗ ਨਹੀਂ ਹੋਈ ਹੈਗੀ, ਪੱਟ ਦਿੱਤੀ ਗਈ ਸੀ ਅੱਧੀ ਸੜਕ ਤੇ। ਅੱਜ ਤੱਕ ਸਿਰਫ 8 ਫੁੱਟ ਦੇ ਉੱਤੇ ਜਿਹੜੀਆਂ ਹੈਗੀਆਂ ਗੱਡੀਆਂ ਚੱਲ ਰਹੀਆਂ ਹੈਗੀਆਂ। ਔਰ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਆ, ਐਜੂਕੇਸ਼ਨ ਦੀ ਗੱਲ ਕਰ, ਇਹਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਬੜੀਆਂ ਜਿਹੜੇ ਹੈਗੇ ਸਕੂਲ ਖੁੱਲ ਚੁੱਕੇ ਸੀ, ਇਹ ਨਵਾਂ ਕੀ ਕਰ ਰਹੇ। ਔਰ ਦੂਜੀ ਗੱਲ ਤੁਸੀਂ ਮੈਡੀਕਲ ਹੈਲਥ ਦੀ ਗੱਲ ਕਰਦੇ ਆ, ਕਿਉਂ ਕਿਉਂ ਸਾਰੇ ਪੰਜਾਬ ਨੂੰ ਤੁਸੀਂ ਬਿਮਾਰ ਕਰਨ ਪਰ ਲੱਗੇ ਹੋਏ ਹੈਗੇ ਆ। ਪੰਜਾਬ ਦਾ ਹੈਲਥ ਸਿਸਟਮ ਤਾਂ ਪਹਿਲਾਂ ਆਲਰੇਡੀ ਬਹੁਤ ਅੱਛਾ ਹੈ, ਚਾਹੇ ਉਹ ਮੈਡੀਕਲ ਡਿਸਪੈਂਸਰੀਆਂ ਦੀ ਗੱਲ ਕਰ ਲਓ, ਚਾਹੇ ਰੂਰਲ ਡਿਸਪੈਂਸਰੀਆਂ ਦੀ ਗੱਲ ਕਰ ਲਓ। ਸਿਰਫ ਸਵਾਲ ਇਹ ਹੈਗਾ ਜੀ ਕਿ ਇਹਨਾਂ ਨੇ ਇੱਕ ਤਰੀਕਾ ਅਪਣਾਇਆ, ਜਿੱਦਣ ਇਹ ਰੂਰਲ ਜਿਹੜੀਆਂ ਹੈਗੀਆਂ ਨਾ ਮੁਹੱਲਾ ਕਲੀਨਿਕਾਂ, ਜਿੱਦਣ ਇਹਦੇ ਤੇ ਤੁਸੀਂ ਕਰੋਗੇ, ਜਿੱਦਣ ਮੋਟਾ ਕਾਪਾ ਇਸ ਦੇ ਉੱਤੇ ਨਿਕਲੇਗਾ, ਇੱਕ ਮਿੰਟ ਲਈ ਬਸ ਜੀ, ਜਿੱਦਣ ਇਸ ਤੇ ਮੋਟਾ ਕਾਪਾ ਨਿਕਲੇਗਾ, ਇਹਨਾਂ ਨੇ ਕੀ ਕਰਿਆ ਜੀ, ਉਹ ਜਿਹੜੀਆਂ ਡਿਸਪੈਂਸਰੀਆਂ ਹੈ ਉਹਨਾਂ ਦੇ ਵਿੱਚ ਜਿਹੜੇ ਡਾਕਟਰ ਬਿਠਾ ਤੇ, ਉਹ ਡਾਕਟਰਾਂ ਨੂੰ ਪਰਚੀ ਫੀਸ ਲਾਉਂਦੇ ਹੈਗੇ ਆ ਜੀ। ਉਹਦੇ ਵਿੱਚ ਕਿੰਨੇ ਫੇਕ ਨਾਂ ਲਿਖ ਕੇ ਜਿਹੜਾ ਹੈਗਾ ਡਾਕਟਰ ਜਿਹੜੇ ਹੈਗੇ ਕਿੰਨੇ ਕਿੰਨੇ ਲੱਖ ਰੁਪਈਆ ਜਿਹੜਾ ਹੈਗਾ ਪਰ ਮੰਥ ਕਮਾ ਰਹੇ ਆ। ਮੇਰੇ ਕੋਲ ਇਹਨਾਂ ਦੀਆਂ ਸਾਰੀਆਂ ਉਹ ਪਈਆਂ ਹੈਗੀਆਂ। ਚਲੋ ਠੀਕ ਹੈ, ਦੇਖੋ ਧਾਰਮਿਕ ਸਾਹਿਬ ਗੱਲ ਇਹ ਹੈ ਕਿ ਉਮੀਦ ਹੈ ਕਿ ਜਿਹੜੇ ਇਸ ਤਰੀਕੇ ਨਾਲ ਕੋਈ ਫਰਜ਼ੀ ਪੈਸਾ ਬਣਾ ਰਹੇ ਨੇ, ਫਰਜ਼ੀ
ਅਕਾਊਂਟ ਦਿਖਾ ਕੇ ਜਾਂ ਫਰਜ਼ੀ ਨਾਮ ਦਿਖਾ ਕੇ, ਉਮੀਦ ਕਰਦੇ ਹਾਂ ਸਭ ਫੜੇ ਜਾਣਗੇ। ਕੁਲਦੀਪ ਥੋੜ੍ਹਾ ਜਿਹਾ ਵੇਟ ਕਰਿਓ, ਗਰੇਵਾਲ ਜੀ ਮਾਰਿਆ ਤੁਹਾਡੇ ਕੋਲ। ਕੁਲਦੀਪ ਧਾਲੀਵਾਲ ਜੀ, ਤੁਹਾਨੂੰ ਸਕੀਮਾਂ ਦਾ ਨਾਮ ਪਤਾ ਲੱਗਿਆ ਕਿ ਨਹੀਂ ਜਿਹੜੇ ਉਹ ਦੱਸ ਰਹੇ ਸੀ? ਗਰੇਵਾਲ ਜੀ ਤੁਹਾਡੇ ਨਾਲ ਵਾਹਵਾ ਪਿਆਰ ਹੈ, ਮੈਂ ਦੇਖਿਆ ਸ਼ੁਰੂ ਚ ਨਾਮ ਲਾਇਆ, ਤੁਸੀਂ ਆਪਸ ਦੇ ਵਿੱਚ ਖੂਬ ਕਾਲਜ ਦੇ ਵੀ ਨਜ਼ਰ ਆ ਰਹੇ। ਮੈਂ ਨਿੱਜੀ ਤੌਰ ਤੇ ਸਤਿਕਾਰ ਕਰਦਾ ਜੀ ਉਹਨਾਂ ਦਾ, ਉਹ ਜਾਣਦੇ ਆ। ਗੱਲ ਹੈ ਸਰ, ਦੇਖੋ ਨਿੱਜੀ ਟਿੱਪਣੀ ਆਪਾਂ ਨਾ ਕਰੀਏ ਡਿਬੇਟ 'ਚ, ਵਧੀਆ ਗੱਲ ਹੁੰਦੀ ਹੈ। ਹਾਂ, ਤਾਂ ਮੈਂ ਗੱਲ ਜਿਹੜੀ ਰੱਖਣੀ ਚਾਹੁੰਦਾ ਨਾ ਜੀ ਬੇਜਰ, ਦੇਖੋ ਆਪਣੇ ਸਾਰੇ ਪਤਾ ਲੱਗ ਗਿਆ, ਜਿਹੜੀਆਂ ਮੇਰੀਆਂ ਸਕੀਮਾਂ ਸੀ ਪੰਜ, ਇੱਕ ਨਹੀਂ ਕੋਈ ਗਿਣਾ ਸਕੇ ਗਰੇਵਾਲ ਸਾਹਿਬ। ਔਰ ਉੱਤੇ ਮੈਂ ਇੱਕ ਗੱਲ ਦੱਸਦਾ, ਸਾਰੇ ਪੰਜਾਬ ਨੂੰ ਅੱਜ ਪਤਾ ਹੋਣਾ ਚਾਹੀਦਾ ਕਿਉਂਕਿ ਬਜਟ ਸੀ, ਸਾਰੇ ਪੰਜਾਬ ਦੀ ਫਸਲ ਕੇਂਦਰ ਸਰਕਾਰ ਚੱਕਦੀ ਹੈ, ਸਾਰੇ ਪੰਜਾਬ 'ਚ ਸੜਕਾਂ ਦਾ ਨੈਟਵਰਕ ਜਾਲ ਕਿਹਨੇ ਵਿਖਾਇਆ? ਕੇਂਦਰ ਸਰਕਾਰ ਨੇ। ਸਾਰੇ ਏਅਰਪੋਰਟ ਕੇਂਦਰ ਸਰਕਾਰ, ਜਿਹੜਾ ਏਮਸ, IIM, PGI ਕੇਂਦਰ ਸਰਕਾਰ, ਐਡੀਆਂ ਵੱਡੀਆਂ ਇਨਵੈਸਟਮੈਂਟਸ ਕੇਂਦਰ ਸਰਕਾਰ ਨੇ ਕੀਤੀਆਂ, ਜਿਹਦੇ ਕਰਕੇ ਚਲੋ ਆਪਣਾ ਥੋੜਾ ਬਹੁਤ ਮਾਲੀਆ ਵਧਿਆ, ਜਿਹਦਾ ਇਹ ਪਿੱਠ ਥਾਪੜ ਰਹੇ ਆ। ਔਰ ਜਿਹੜੀ ਇਨਵੈਸਟਮੈਂਟ ਦੀ ਗੱਲ ਕੀਤੀ, ਆ ਹੁਣੇ ਧਾਰਨੀ ਸਾਹਿਬ ਨੇ ਗੱਲ ਕੀਤੀ, ਮੈਂ ਉਹ MOU ਕੀਤੇ ਇਹਨਾਂ ਨੇ, ਅਜੇ ਉਹ ਆਇਆ ਨੀ ਪੈਸਾ ਅਜੇ ਇਹਨਾਂ ਦਾ, ਜਦਕਿ ਕੇਂਦਰ ਸਰਕਾਰ ਦਾ ਤਾਂ ਆਇਆ ਪਿਆ। ਠੀਕ ਹੈ, ਚਲੋ। ਉਦੋਂ 2,50,000 ਕਰੋੜ, ਨਾ ਮੈਂ ਇੱਕ ਮਿੰਟ ਮੈਨੂੰ ਪੂਰੀ ਕਰ ਲੈਣ ਦਿਓ ਜੀ, 2,50,000 ਕਰੋੜ ਜਿਹੜਾ ਹੈਗਾ ਸਾਡੇ ਇੱਥੋਂ ਲੈ ਕੇ UP 'ਚ ਚਲੇ ਗਏ, ਇਹ ਔਨ ਰਿਕਾਰਡ ਹੈ, MOU ਸਾਈਨ ਆ ਉੱਥੇ। ਔਰ ਤੀਜੀ ਗੱਲ ਜਿਹੜੀ ਗਰੇਵਾਲ ਸਾਹਿਬ ਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਇਸ ਗੱਲ ਤੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੈਨੂੰ ਹਜੇ ਤੱਕ ਇਹ ਗੱਲ ਨਹੀਂ ਦੱਸੀ, ਕੋਈ ਇੱਕ ਹੀ ਗਿਣਾ ਦਿਓ ਵੀ ਜਿਹੜੀ ਤੁਸੀਂ ਭਲਾਈ ਸਕੀਮ ਚਲਾਈ ਹੋਵੇ। ਚਲੋ ਕਿਸਾਨਾਂ ਕਨਕਲੂਜ਼ਨ ਵਾਲੇ ਪਾਸੇ ਵਧੀ ਅੱਗੇ, ਗਰੇਵਾਲ ਸਾਹਿਬ ਦੱਸ ਦਿਓ ਸਕੀਮ ਕੋਈ ਆਪਦੇ ਮੈਨੀਫੈਸਟੋ ਚੋਂ ਕਿਸਾਨਾਂ ਵਾਸਤੇ। ਠੀਕ ਹੈ, ਥੋੜੇ ਵੇਟ ਕਰੋ, ਬੇਨਤੀ, ਹੱਥ ਜੋੜ ਕੇ ਮੈਨੂੰ ਗੱਲ ਪੂਰੀ ਕਰਨ ਦਿਓ ਪਲੀਜ਼। ਸਮਾਂ ਬਹੁਤ ਘੱਟ ਹੈ, ਥੋੜੇ ਸ਼ਾਰਟ ਰੱਖਣਾ ਪਏਗਾ ਤੁਹਾਨੂੰ ਪਲੀਜ਼। ਮੈਂ ਬੇਨਤੀ ਮੈਨੂੰ ਕਰਨ ਦਿਓ ਨਾ, ਪਹਿਲੀ ਗੱਲ, ਪਹਿਲੀ ਕੋਈ ਇੱਕ ਵੀ ਸਕੀਮ ਮੈਂ ਬੋਲ ਚੁੱਕਾ, ਸਕੂਲ ਆਫ ਐਮਨੈਂਸ, ਮਹੱਲਾ ਕਲੀਨਿਕ, ਹਸਪਤਾਲਾਂ ਤੇ ਜੋਰ ਪਾਉਣਾ, ਐਗਰੀਕਲਚਰ ਨੂੰ ਪਾਣੀ ਨੂੰ ਪੈਸੇ ਦੇ ਰਹੇ, ਪਹਿਲੀ ਗੱਲ। ਦੂਜੀ ਗੱਲ, ਜਿਹੜੇ ਪ੍ਰਧਾਨ ਮੰਤਰੀ ਬਾਕੀ ਦੇ 14 ਪ੍ਰਧਾਨ ਮੰਤਰੀਆਂ ਦੇ ਵੱਧ 150,00,000 ਕਰੋੜ ਦਾ ਕਰਜ਼ਾ ਲੈ ਚੁੱਕੇ ਹੋਣ, ਕੋਈ ਗੱਲ ਨੀ। ਜਿਹੜਾ 3,50,00,000 ਕਰੋੜ ਰੁਪਇਆ ਸਾਰੇ 70-80 ਕਰੋੜ ਕਿਸਾਨਾਂ ਦਾ ਹੋਵੇ ਤੇ 7-8,00,000 ਕਰੋੜ ਰੁਪਇਆ ਆਪਣੇ ਮਿੱਤਰਾਂ ਦਾ 80 ਕਰੋੜ ਦਾ ਮਾਫ ਕਰਤਾ ਹੋਵੇ, ਕੋਈ ਗੱਲ ਨੀ। ਮੋਰ ਇੰਪੋਰਟੈਂਟਲੀ ਮੈਂ ਜੋ ਗੱਲ ਕਰਨੀ ਚਾਹੁੰਦਾ ਗੌਰਵ ਜੀ, ਉਹ ਬਜਟ ਕੁਐਸਚਨ ਆਫ ਇੰਟੈਂਟ, ਉਹ ਸਰ ਪਲੀਜ਼, ਕੁਐਸਚਨ ਆਫ ਇੰਟੈਂਟ, ਇੰਟੈਂਟ ਸਾਡੀ ਕਲੀਅਰ ਹੈ ਕਿ ਅਸੀਂ ਪੰਜਾਬ ਦਾ ਵਾਤਾਵਰਨ, ਪੰਜਾਬ ਦੀ ਸਿਹਤ, ਪੰਜਾਬ ਦੀ ਸਿੱਖਿਆ, ਪੰਜਾਬ ਦੀ ਸਨਅਤ ਤੇ ਪੰਜਾਬ ਦੀ ਖੇਤੀ ਬਿਹਤਰ ਕਰਨੀ ਹੈ। ਸਕੀਮਾਂ ਮੈਂ ਕਹਿਤਾ, 5 ਰਿਵਰਸ, ਸਕੂਲਸ, ਸ਼ੁਕਰੀਆ ਬਹੁਤ ਬਹੁਤ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਧੰਨਵਾਦ ਇਸ ਪੂਰੀ ਚਰਚਾ ਦੇ ਵਿੱਚ ਸ਼ਾਮਿਲ ਹੋਣ।